ਅੱਜ ਦਾ ਵਿਚਾਰ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਕਿਉਂ ਨਹੀਂ ਬਾਤ ਚ ਜਿਹੜੀ ਗੱਲ ਕਰਨੀ ਜ਼ਰੂਰੀ ਸੀ ਕਿਉਂ ਕੱਲਾ ਸਾਸਰੀਕਾ ਸਤਿ ਸ੍ਰੀਕਾਲ ਹਾਂ ਹਾਂ ਸਤਿ ਸ੍ਰੀਕਾਲ ਜੀ ਹੋਰ ਸੁਣਾਓ ਵੈਠੇ ਗੁਰਪ੍ਰੀਤ ਜੀ ਤੁਸੀਂ ਸੁਣਾਓ ਬਸ ਆਪਾਂ ਵੀ ਗੋੜੀ ਅੱਜ ਦਾ ਵਿਚਾਰ ਪ੍ਰੋਗਰਾਮ ਸ਼ੁਰੂ ਹੋ ਗਿਆ ਗੁਰਪ੍ਰੀਤ ਸੰਧਾ ਵਾਲੀਆ ਹਰਮਨ ਸਿੰਘ ਦੇ ਨਾਲ ਆਉ ਜਾਣਦੇ ਆ ਅੱਜ ਦੇ ਚਾਜ ਦੇ ਵਿਚਾਰ ਦੇ ਬਾਰੇ ਚ ਗੁਰਪ੍ਰੀਤ ਜੀ ਦੀ ਜ਼ੁਬਾਨੀ ਹਾਂਜੀ ਇਹ ਕਦੋਂ ਗੱਲ ਹੋਈ ਮਨ ਲੋ ਹੁਣੇ ਹੁਣੇ ਰੀਸੈਂਟ ਆਪ ਦੇ ਚਾਇਦਾ ਵਿਚਾਰ ਮਨ ਲੋ ਬਈ ਚਾਇਦਾ ਵਿਚਾਰ ਇਹਦਾ ਪਤਾ ਕੀ ਹੈ ਕੀ ਹੈ ਚਾਇਦਾ ਵਿਚਾਰ ਇਹ ਹੈ ਕਿ ਬੰਦੇ ਨੂੰ ਨਾ ਆਪਣੀਆਂ ਲਿਮਿਟਸ ਇਨਵਰਟਿਡ ਕਾਮਾਸ ਦੇ ਵਿੱਚ ਕੈਦ ਕਰ ਲੈਣੀਆਂ ਚਾਹੀਦੀ ਕਿਉਂ ਉਹਦੇ ਦੋ ਫਾਇਦੇ ਹੈ ਕੀ ਕੀ ਪਹਿਲਾ ਫਾਇਦਾ ਇਹਨੂੰ ਆਪਣੀ ਲਿਮਟ ਨਜ਼ਰ ਆਉਂਦੀ ਰਹਿੰਦੀ ਹੈ ਹੂੰ ਦੂਜਾ ਫਾਇਦਾ ਵੀ ਬੰਦਾ ਲਿਮਟ ਕਰਾਸ ਨਹੀਂ ਕਰਦਾ ਜੇਨੇ ਕਰਾਸ ਕਰਨੀ ਹੁੰਦੀ ਹੈ ਨਾ ਉਹ ਲੱਖ ਲਿਮਟਾਂ ਬਣਾ ਲਵੇ ਉਹਨੇ ਲਿਮਟ ਕਰਾਸ ਕਰ ਹੀ ਜਾਣੀ ਹੈ ਬੈਂਕ ਵਾਲੇ ਹੋਣੇ ਨਾ ਉਹਦਾ ਭਾਈ ਦਾੜੀ ਇੰਨੇ ਦੀ ਲਿਮਟ ਸੀ ਇੰਨੇ ਨੇ ਤੁਸੀਂ ਕਿਹੜੀ ਲਿਮਟ ਦੀ ਗੱਲ ਕਰ ਰਹੇ ਇਹਨੂੰ ਕਹਿੰਦੇ ਨੇ ਚਾਹੀਦਾ ਵਿਚਾਰ ਉਹਨੇ ਟੋਲ ਕੀ ਜਿੱਥੇ ਇਹ ব্যাকਗ੍ਰਾਉਂਡ 뮤직 ਸੀ ਚਾਦਰ ਚਾਦਰ ਵਿੱਚ ਹੈ ਕੋਈ ਗੱਲ ਨਹੀਂ ਹਾਂ ਹੋਏ ਸੁਣਾਉ ਗੱਦੀ ਜੀ ਸਾਡਾ ਫਾਰਵਰਡ 뮤직 ਨਾਲ ਕੋਈ ਨਹੀਂ ਆਏਗਾ ਉਹ ਇਹ ਨੂੰ ਸੁਣਾਵਾਂਗੇ ਤੁਸੀਂ ব্যাকਗ੍ਰਾਉਂਡ 뮤직 ਚੱਲੋ ਕਿਤੇ ਐ ਨਾ ਇਹ ਫਾਰਵਰਡ 뮤직 ਚ ਕੱਲਾ 뮤직 ਹੋਵੇ ਨਹੀਂ ਨਹੀਂ ਗਵੰਤਰੀ ਆਏਗਾ ਗਵੰਤਰੀ ਗਵੰਤਰਾ ਕਿਆ ਕਰੋ ਆਪਣੇ ਨੂੰ ਨਹੀਂ ਨਹੀਂ ਗਵੰਤਰੀ ਗੋਨ ਨਾਲ ਗਵੰਤਰੀ ਜੰਮ ਨਹੀਂ ਪਰ ਥੋੜਾ ਸਾਈਜ਼ ਦਾ ਸਾ ਵੀ ਤਲਾਓ ਮੈਂ ਆਪਣੀ ਗੱਲ ਥੋੜਾ ਗਵੰਤਰੀ ਮਾ ਜਿਹੜੇ ਸਿੰਗਰ ਸਾਹਿਬ ਹੋਣਗੇ ਗਾਣੇ 'ਚ ਤੁਸੀਂ ਨਹੀਂ ਕਰ ਰਹੇ ਇਕੋ ਆਪਣਾ ਜਿੰਨਾ ਕਿ ਚੱਲਦਾ ਤੋਰੀ ਫੁੱਲ ਦਾ ਚਲਾਈਏ ਨਹੀਂ ਗੁਰਪ੍ਰੀਤ ਜੀ ਪਲੀਜ਼ ਤੁਸੀਂ ਨਹੀਂ ਕਦੀ ਮੈਂ ਤਾਂ ਮੰਨਦੇ ਨਹੀਂ ਆਈ ਲਵ ਦੈਟ Song ਜਿਹੜਾ ਤੁਸੀਂ ਮੈਨੂੰ ਗਾ ਕੇ ਮੈਂ ਹੋਣਾ ਖੜ ਦਿੱਤਾ ਨਹੀਂ ਕੋਠੀ ਕੋਠੇ ਕਿਸੇ ਹੋ ਮੈਨੂੰ ਹਮੇਸ਼ਾ ਬੋਲ ਜਾਂਦੀਆਂ ਉਹਨੀਆਂ ਪੰਜਾਸਤਰ ਰੁਪਿਆ ਖੜਦੇ ਜਾਈ ਹੁੰਦੀਆਂ ਪਤਾ ਪੁੱਤਾਂ ਨੂੰ ਆਪ ਨੂੰ ਨਹੀਂ ਲੱਗਣ ਡਿਆ ਇਹ ਤਾਂ ਇਦਾਂ ਦਾ ਕਮਲ ਜਿਹਾ ਕਦਾਵੇ ਨਾ ਸਮਝੋ ਵੀ ਇਹਨੇ ਨੀਂਦ ਨਾ ਭਰੀ ਪਈ ਨਹੀਂ ਵਾਜੇ ਲੈਣਾ ਤਾਂ ਦਾਸ ਜੀ ਥਿਰ ਇਦਾਂ ਵੈਸੇ ਮੈਂ ਵੇਖਿਆ ਮਤਲਬ ਜਿਹੜੇ ਕੈਨੇਡਾ ਦੇ ਵੱਡੇ ਵੱਡੇ ਜਾਂ ਅਮਰੀਕਾ ਦੇ ਵੱਡੇ ਵੱਡੇ ਸਾਇੰਟਿਸਟ ਨੇ ਰਿਸਰਚ ਕਰਨੀ ਚਾਹੀਦੀ ਤੇ ਕਾਹਦੀ ਵੀ ਇਦਾਂ ਦੇ ਜੀਵ ਜਿਹੜੇ ਨੇ ਉਹ ਕਿੱਥੋਂ ਆਏ origin ਕੀ ਇੱਥੋਂ ਸੀ ਇਹਨਾਂ ਦਾ ਤੇ ਇਹ ਧਰਤੀ ਤੇ ਕਿਵੇਂ ਸਰਵਾਈਵ ਕਰ ਰਹੇ

आपकी नजर मैं नहीं सुनती गाना आपकी हाँ। नजर करने जा रहे हैं की करते है। इन प्राणियों पर शोधकर्ताओं ने बहुत साल रिसर्च की है <laughs> मैं जो भी जाऊंगा कभी कभी उनके चेहरे के हाव भाव स्माइली होते हैं लेकिन आवाज नहीं आ रही होती है इसे शोधकर्ताओं ने साइलेंट हासी का नाम भी दिया है ਮੈਂ ਜੋ ਕਰੂੰਗੀ ਹੁਣ ਸਾਰਾ ਡਿਸਕਵਰੀ ਤੇ ਆਊਗਾ ਹਨ ਨਹੀਂ ਹੁਣ ਤੂੰ ਇਹ ਤੋਂ ਵਾਅਦਾ ਨਾ ਜਾਵੇਂ ਇਸ ਕਰਕੇ ਆਪਾਂ ਗਾਣਾ ਸੁਣ ਲਈ ਬਾਕੀ ਗੱਲਾਂ ਬਾਅਦ ਠੀਕ ਹੈ ਆਦੀ ਹਜ਼ਰ ਜੱਜ ਦਾ ਵਿਚਾਰ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਸ ਸੰਸਾਰ ਤਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਤਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਸ਼ਾਮੀ ਤੇ ਇਸੇ ਟਾਈਮ ਵੈਨਕੂ ਆ। ਆਹ ਦੀ ਹਜ਼ਰਾ। ਜਾਂਚਦਾ ਵੀਚਾ। ਹਰ ਮੰਝੇ ਹਾਂਜੀ ਕਹਿੰਦੇ ਪੈ ਗਿਆ ਏ ਰੌਲਾ ਰੇਤਾ ਵਾਲੀਆਂ ਖੱਡਾਂ ਦਾ। ਕਾਹਦਾ ਰੌਲਾ ਗੁਰਪ੍ਰੀਤ ਜੀ ਮੈਂ ਤਾਂ ਸੋਚ ਰਹੀ ਆ ਆਪ ਖਾਨਸਾਮਾ ਦੀ ਨੌਕਰੀ ਕਰ ਲਵਾਂ। ਖਾਨਸਾਮਾ? ਹਾਂ। ਬਾਵਰਚੀ ਲਗਾ ਲੋ ਮਿੰਨੂ ਕਿਤੇ ਹਾਂ ਮਤਲਬ ਜਿਹੜੇ ਪਰੌਂਠੇ ਮੈਂ ਬਣਾਉਣੇ ਆ ਫਿਰ ਆਏ ਆਏ ਵੀਰ ਜੀ ਮੈਂ ਕਹਿੰਦੀ ਆ ਕਿ ਮਤਲਬ ਸਾਰੇ ਵੇਖਣਗੇ ਘਰੀ ਮਤਲਬ ਦੇਖੋ ਜੀ ਐਂਡ ਹੀ ਹੈ ਕੰਮ ਕਿ 10 ਸਾਲ ਕੱਢਨੇ ਬੜੇ ਔਖੇ ਹੁੰਦੇ ਆ 10 ਸਾਲ ਬਾਅਦ ਜਦੋਂ ਜਫਾ ਪੈਂਦਾ ਹਾਂ ਕੁਰਸੀ ਦੇ ਨਾਲ ਹਾਂ ਫਿਰ ਬੰਦਾ ਕਹਿੰਦਾ ਵੀ ਹੁਣ ਐਸਾ ਜਫਾ ਮਾਰ ਕੇ ਬਾਓ ਕਿ ਅਗਲੇ ਨੇ ਜਿਹੜਾ 10 ਸਾਲ ਚ ਕੀਤਾ ਆਪਾਂ ਪੰਜਾਂ ਚ ਪੂਰਾ ਕਰਨਾ ਹਾਂ ਕਿ ਕੋਈ ਪਤਾ ਨਹੀਂ ਅਗਲੇ ਪੰਜ ਮਿਲਣ ਨਾ ਮਿਲਣ ਮਿਲਣ ਨਾ ਮਿਲਣ yes ਸਵੇਰ ਉਹਲਾ ਕਾਫੀ ਜ਼ਿਆਦਾ ਪਿਆ ਹੋਇਆ ਹੁਣ ਇਹ ਪਤਾ ਨਹੀਂ ਇਹਦੇ ਵਿੱਚ ਕਿੰਨੀ ਕਿ ਸਚਾਈ ਹੈ ਕਿੰਨੀ ਕਿ ਨਹੀਂ ਕਿ ਮਾਨੀਉ ਗਰਾਣਾ ਗੁਰਜੀਤ ਸਿੰਘ ਹੋਰਾਂ ਦੇ ਜਿਹੜੇ ਉਸ ਮੇਲ ਤੇ ਕੰਮ ਕਰਨ ਵਾਲੇ ਬਬਰਚੀ ਨੇ ਹਾਂ ਖਾਨਸਾ ਮਾ ਖਾਨਸਾ ਮਾ ਨੇ ਮਤਲਬ ਉਹ ਬਿਹਾਰੀ ਨੀ ਨਿਪਾਲੀ ਨਿਪਾਲੀ ਬਹਾਦਰ ਹੈ ਹਾਂ ਤੇ ਉਹ ਕਹਿੰਦੇ ਕਿ ਵੀ ਉਹਦੇ ਨਾਮ ਦੇ ਉੱਪਰ ਪਤਾ ਨਹੀਂ ਕਿੰਨੇ ਦੀ ਡੀਲ ਹੋ ਗਈ ਰੇਤਾ ਦੀ ਖੱਡ ਦੀ ਨਿਲਾਮੀ ਉਹਨੇ ਕਰਾ ਦਿੱਤੀ ਮਤਲਬ ਕਹਿੰਦੇ ਕੋ ਸਭ ਤੋਂ ਮਹਿੰਗੀ ਖੱਡ ਖੋਡਾ ਪਤਾ ਨਹੀਂ ਜਿਹੜੀ ਮਤਲਬ ਬਹਾਦਰ ਨੇ ਕਮਾਲ ਕਰ ਦਿੱਤੀ ਮਤਲਬ ਹੈਰਾਨਗੀ ਵਾਲੀ ਕਿਤੇ ਸੋਨੇ ਦੀਆਂ ਮੋਹਰੇ ਜਦਾਂ ਨੀ ਤਨਖਾਹ ਮਿਲਦੀ ਹੋਊ ਹੋ ਸਕਦਾ ਕਿਤੇ ਮੇਰੀ ਗੱਲ ਚਲਾਉਂ ਹਾਂ ਮੈਂ ਵੀ ਪਰੌਂਠੇ-ਪਰੌਂਠੇ ਵਧੀਆ ਬਣਾ ਲੰਨੀ ਗੁਰਪ੍ਰੀਤ ਜੀ ਅੱਛਾ ਪਰੌਂਠੇ ਬਣਾਉਣ ਦੀ ਗੱਲ ਮੈਂ ਸ਼ਾਇਦ ਹੁਣ ਜਿੰਨੇ ਖੱਡ ਲਈ ਉਹਦੇ ਨਾਲ ਮੇਰੀ ਗੱਲ ਚਲਾਉਂ ਉਹ ਹੈਲੋ ਐਡੇ ਵੀ ਮਾੜੇ ਦੰਨੀ ਆਏ ਮੇਰੇ ਕਿਉਂ ਮਤਲਬ ਬਹਾਦਰ ਕਮਲਿਆ ਕਰਾਲਾ ਮਾੜਾ ਕੁਝ ਨਹੀਂ ਤੋਏ ਦੇ ਵੀ ਪਿੰਡੋਂ ਪਹਿਲੀ ਗੱਲ ਤੇ ਪੇਕਿਆਂ ਤੱਕ ਜਾਂ ਪੇਕਿਆਂ ਤੋਂ ਸਹਰਿਆਂ ਤੱਕ ਜਾਂਦੇ ਆਉਂਦੇ ਘੱਟੋ ਘੱਟ ਨਿਆਣੇ ਦਾ ਐਂਟਰਟੇਨਮੈਂਟ ਤੇ ਹੋਇਆ ਕਰੂਗਾ ਵੱਡੇ ਵੀ ਐਂਟਰਟ ਨਾਨਕੇ ਚੱਲੇ ਆ ਭਾਈ ਸਾਹਿਬ ਤੁਸੀਂ ਇਹ ਦੇਖੋ ਵੀ ਮਾੜੀ ਤੈਨੂੰ ਟ੍ਰੇਨ ਮਿਲ ਗਈ ਤੇ ਮਾਹਾਂ ਛੁੱਟੀਆਂ ਮਹੀਨੇ ਦੀਆਂ ਦੇ ਵਿੱਚ ਦੋ ਕਿੜੀ ਲਗਿਆ ਕਰਨੇ ਨਿਆਣੇ ਦੇ ਉਧਰ 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 ਠੀਕ ਖ्याल ਇਦਾਂ ਦੀ ਕੋਈ ਗੱਲ ਨਹੀਂ ਐ ਮੈਂ ਫਿਲਹਾਲ ਸਿਰਫ ਨੌਕਰੀ ਦੀ ਗੱਲ ਕਰ ਰਹੀ ਆ ਅੱਛਾ ਹਾਂ ਜੇ ਇਦਾਂ ਨੌਕਰੀ ਮਿਲ ਜਵੇ ਤੂੰ ਦੂਦੂ ਬਾਅਦ ਮੈਨੂੰ ਖੱਡ ਮਿਲ ਜਵੇ ਮੈਨੂੰ ਜ਼ਿੰਦਗੀ ਚ ਕੀ ਚਾਹੀਦਾ ਆ ਮੈਂ ਤਾਂ ਐਵੇਂ ਹੀ ਇੱਥੇ ਹੱਸੀ ਜਾਂਦੀ ਆ ਬੈਠੀ ਨਹੀਂ ਨਹੀਂ ਉਹ ਗੱਲ ਠੀਕ ਐ ਪਰ ਮਤਲਬ ਹੈਰਾਨਗੀ ਵਾਲੀ ਗੱਲ ਐ ਵੀ ਜਿਹੜੇ ਵਿਚਾਰੇ ਪੰਜਾਬੀਆਂ ਨੇ ਬੜਾ ਇਹ ਵੋ ਕੀਤਾ ਜਿਐ ਕਰਦਾਂਗੇ ਉਹ ਕਰਦਾਂਗੇ ਹੂੰ ਉਹ ਕਹਿੰਦਾ ਵੀ ਜਦੋਂ ਤੁਸੀਂ ਜੋ ਹੁਣ ਕਰਤਾ ਕਰਤਾ ਹੁਣ ਫੇ ਸਾਨੂੰ ਕਰਨ ਦਿਓ ਹੁਣ ਫੇ ਅਸੀਂ ਕਰ ਦਾਂਗੇ ਅਸੀਂ ਕਰ ਦਾਂਗੇ ਹੁਣ ਫੇ ਬਾਕੀ ਇਹਦੇ ਤੇ ਹੁਣ ਜਿਹੜੇ ਨੰਬਰ ਨੇ ਉਹ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਬਣਾਏ ਨੇ ਉਹ ਕਹਿੰਦੇ ਕਿ ਵੀ ਅਸੀਂ ਇਹ ਸਾਰੇ ਕੁਸ਼ਤੀਆਂ ਜਿਹੜੀਆਂ ਚੋਰ ਮੋਰੀਆਂ ਸੀ ਉਹਨਾਂ ਨੂੰ ਕੱਢ ਕੇ ਬਾਹਰ ਰੱਖਤਾ ਤੇ ਅਸੀਂ ਇਹ ਦੱਸ ਦਿੰਦਾ ਵੀ ਇਹ ਕਾਂਗਰਸ ਸਰਕਾਰ ਜਿਹੜੀ ਉਹ ਵੀ ਉਸੇ ਚੱਕਰ 'ਚ ਹੀ ਐ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਹੁਣ ਜਿਹੜੀਆਂ ਰੇਤਾ ਬਜਰੀ ਦੀਆਂ ਖੱਡਾਂ ਨੇ ਉਹਨਾਂ ਦੇ ਉੱਪਰ ਜਿਹੜਾ ਉਹ ਪਹਿਲੇ ਵਾਲਾ ਤੰਤਰ ਸੀਗਾ ਉਹਦਾ ਗਲਵਾ ਬਣਾ ਲਈਏ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਲੁੱਟੀਏ ਨਹੀਂ ਤੇ ਉਹਦਾ ਫਾਇਦਾ ਕੀ ਉਹ ਕਹਿੰਦੇ ਵੀ ਮਾਰਾ ਹੀ ਅਸੀਂ ਸਾਰਾ ਕੋਈ ਨਸ਼ਰ ਕੀਤਾ ਬਹੁਤ ਸਾਰੇ ਸਰਕਾਰ ਕਿਹੜਾ ਕਹਿੰਦੇ ਵੀ ਪੇਮੈਂਟ ਦੇਣੋਂ ਭੱਜ ਗਏ ਤੇ ਹੁਣ ਇਹ ਦੁਬਾਰ ਮਤਲਬ ਉਹ ਸਾਰੇ ਕੁਝ ਦੇ ਉੱਪਰ ਕੰਟਰੋਲ ਹੋਊਗਾ ਤੇ ਕਹਿੰਦੇ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਪਾਰਟੀ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੀ ਰਹੂਗੀ। ਇਹਦਾ ਆਮ ਲੋਕਾਂ ਨੂੰ ਕੀ ਫਾਇਦਾ? ਯਾਰ ਹੋਵੇ ਨਾ ਹੋਵੇ ਅਗਲਾ ਤਾਂ ਕੰਮ ਤੇ ਚੱਲਦਾ। ਇੰਨੇ ਦਿਨਾਂ ਬਾਅਦ ਕਿਤੇ ਜਾ ਕੇ ਉਹਨਾਂ ਦੀ ਆ ਮਲ ਖਬਰ ਆਈ ਏ। ਹਾਂ। ਉਹ ਵੀ ਕੋਈ ਇਦਾਂ ਦੀ ਖਬਰ ਆਈ ਵੀ ਯਾਰ ਅਗਲੇ ਬੰਦੇ ਕੰਮ ਕਰਨ ੜੇ। ਨੇ ਇਹਦੇ ਬਸ ਇੱਕੋ ਹੀ ਖਬਰ ਆਉਂਦੀ ਹੁੰਦੀ ਸੀ। ਅ ਪਹਿਲੇ ਕੇਸ ਦੀ ਸੁਣਵਾਈ ਦੌਰਾਨ ਹੁਣ ਦੂਸਰਾ ਮਾਨ ਹਾਨੀ ਦਾ ਕੇਸ ਹੋਇਆ। ਤੀਸਰੇ ਕੇਸ ਦੇ ਵਿੱਚ ਵੀ ਅਜੇ ਤਰੀਕ ਪੈਣੀ ਐ ਤੇ ਚੌਥੇ ਕੇਸ ਦੀ ਤਿਆਰੀ। ਦਸ ਲੂਗੇ ਕਿ ਪੰਜਵਾਂ ਪੀਸ ਹੋ ਸਕਦੇ ਆ ਵੀ ਹਾਜ਼ਰ ਆ ਚੰਚਦਾ ਵਿਚਾਰ ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਤੇ ਕੁਝ ਪਰਦੇਸ਼ ਤੇ ਕੁਝ ਵਿਦੇਸ਼ ਤੇ ਕੁਝ ਇਤਿਹਾਸ ਤੇ ਕੁਝ ਮਿਥਿਹਾਸ ਤੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ-ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਆ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਉਹ ਆ ਵੀ ਹਾਜ਼ਰ ਹੈ ਚੰਚਦਾ ਵਿਚਾਰ ਗੁਰਪ੍ਰੀਤ ਜੀ ਹਾਂ ਜੀ ਹਰਮਨ ਤੁਹਾਡੇ ਜਿਹੜੇ ਭੈਣ ਭਾਈ ਨੇ ਪਿੰਡ ਭੈਣਾਂ ਤਾਂ ਨਹੀਂ ਖੈਰ ਕੱਲੇ ਭਾਈ ਭਾਈ ਨੇ ਜਿਹੜੇ ਹਨਾ ਉਹਨਾਂ ਨੇ ਤਾਂ ਤਿਆਰੀ ਕਰ ਲਈ ਹੋਣੀ ਹੈ ਕਾਦੀ ਜੀ ਸਵਿਟਸ ਬੈਂਕ ਚ ਖਾਤਾ ਖਲੋਣ ਦੀ ਹਾਂ ਬਿਲਕੁਲ ਤੁਹਾਡੀ ਗੱਲ ਹੋਈ ਹੈ ਨਾ ਨਾ ਹਾਂ ਮੈਂ ਤੇ ਖੁਦ ਸੋਚ ਰਿਹਾ ਵੀ ਮੈਂ ਵੀ ਹੁਣ ਮਤਲਬ ਨਾ ਬੰਦਾ ਹੈ ਥੋੜੀ ਜੀ ਮੈਨੂੰ ਉਧਾਰ ਦੇ ਦੋਗੇ ਪਲੀਜ਼ ਮੈਂ ਕਰ ਲਾਂਗੇ ਇੰਨੇ ਨਾ ਕੀ ਫਰਕ ਪੈਂਦਾ ਮਤਲਬ ਜੇ ਕਹਿੰਦੇ ਵੀ ਏਡੇ ਵੱਡੇ ਸਮੁੰਦਰ ਚੋਂ ਕਿਤੇ ਤੁਹਾਡਰ ਦੀ ਚਿੜੀ ਕਿਤੇ ਚੁੰਝ ਭਰ ਕੇ ਲੈ ਜੇ ਹਾਂ ਕਿਤੇ ਪਾਣੀ ਥੋੜਾ ਘਟ ਜਾਣਾ ਸਰ ਨਾਈਸ ਸਰ ਨਾਈਸ ਮਤਲਬ ਹੁਣ ਤਾਂ ਮੈਨੂੰ ਵੀ ਇਹ ਨਾ ਇਸ ਚੀਜ਼ ਦਾ ਬੜਾ ਮੈਂ ਆਪਣੇ ਪਾਪਾ ਜੀ ਨਾਲ ਬੜੀ ਲੜਾਈ ਕੀਤੀ ਆ ਵੀ ਤੁਸੀਂ ਮਤਲਬ ਫਾਇਦਾ ਨਹੀਂ ਚੱਕੇ ਤੁਸੀਂ ਕਾਹਦੇ ਲਈ ਖੇਤੀ ਛੱਡਤੀ ਬਹੁਤ ਮਾੜੀ ਠੇਕੇ ਤੇ ਜ਼ਮੀਨ ਉੱਥੇ ਦਿੱਤੀ ਜਿਹੜਾ ਫਾਇਦਾ ਸਾਨੂੰ ਮਿਲਣਾ ਸੀ ਉਹ ਹੁਣ ਜਿਹਨੇ ਖੇਤ ਮਤਲਬ ਖੇਤਾ 'ਚ ਬਜਾਈ ਕੀਤੀ ਐ ਜਿਹਦੀ ਫਸਲ ਹੋਈ ਐ ਉਹ ਫਾਇਦਾ ਉਹ ਲੈ ਜਾਊਗਾ ਹ ਮੈਂ ਤੇ ਇਸ ਕਿੱਲੋਂ ਹਰਾਨ ਆ ਵੀ ਪੰਜਾਬ ਦੇ ਕਿਸਾਨ ਖਾਸ ਕਰ ਗੰਨੇ ਵਾਲੇ ਹਾਂ ਉਹਨਾਂ ਨੂੰ ਜਹਾਜ਼ਾਂ ਦੀਆਂ ਟਿਕਟਾਂ ਜਦੋਂ ਲੈ ਕੇ ਉਹਨਾਂ ਨੇ ਸਵਿਟਜ਼ਰਲੈਂਡ ਦੀਆਂ ਬੈਂਕਾਂ ਜਾ ਕੇ ਭਰਨੀਆਂ ਨੇ ਨੋਟਾਂ ਦੇ ਨਾਲ ਗੋਰੀਆਂ ਨੇ ਦੇਖਣਾ ਵੀ ਆ ਜਿਹੜੇ ਡੱਬੀਆਂ ਵਾਲੇ ਪਰਨੇ ਮੋਢੇ ਤੇ ਰੱਖ ਕੇ ਆ ਰਹੇ ਨੇ ਨਾ ਇਹ ਜੀ ਸੀਦੀ ਗੁੱਡਪੀ ਮੇਰੀ ਪੁੰਡੀ ਰਹੇਗੀ ਨਾ ਪੁੰਡੀ ਮੇਰੀ ਕਿਹੜੀ ਪੁੰਡੀ ਕਿਤੇ ਸਾਨੂੰ ਇਹ ਫਾਇਦਾ ਹੁੰਦਾ ਮੈਂ ਪੁੰਡੀ ਲੈ ਲੈਣੀ ਸੀ ਨਾ ਵੀ ਉਹ ਗਰੀਬ ਕੌਮ ਦੀ ਸੋਚ ਇਹਨਾਂ ਦੀ ਮਤਲਬ 25 ਰੁਪਏ ਲੈਣੇ ਕਮਾਤ ਦਾ ਗੰਨੇ ਦਾ ਮੁੱਲ ਉਹਦਾ ਆ ਤੁਸੀਂ ਭੁੰਡੀ ਲੈਣੀ ਝਾਜੂਜ ਬਣਦਾ ਚੱਪਣੀ ਲਾਓ ਮੈਂ ਕਹਿੰਦਾ ਨੱਕ ਡੋਬਣ ਨੂੰ ਝਾਜ ਲਾਓ ਦਾਦੀ ਪਹਿਲਾਂ ਇਹ ਕਿਉਂ ਮਤਲਬ ਪੰਜ ਚਾਰ ਮੁੱਦੇ ਲੀਡਰਾਂ ਨੇ ਰੱਖਿਆ ਚੰਡੀਗੜ੍ਹ ਪੰਜਾਬ ਨੂੰ ਦਵਾ ਦੇਣਾ ਪੰਜਾਬੀ ਬੋਲਦੇ ਇਲਾਕੇ ਦਵਾ ਦੇਣੇ ਗਲੀਆਂ ਨਾਲੀਆਂ ਪੱਕੀਆਂ ਕਰਾ ਦੇਣੀਆਂ ਸੁਆਮੀ ਨਾਥ ਰਿਪੋਰਟ ਕਰਾ ਦੇਣੀਆਂ ਗੁਰਪ੍ਰੀਤ ਜੀ ਮੈਨੂੰ ਤਾਂ ਅੱਜ ਸਮਝ ਆਈ ਇਹ ਗੱਲ ਸੱਚ ਜਿਹੜਾ ਗਲੀਆਂ ਨਾਲੀਆਂ ਪੱਕੀਆਂ ਕਰਾਉਣੀਆਂ واصل ਜਿ ਪੱਕੀਆਂ ਦਾ ਫੈਵਿਕੋਲ ਨਹੀਂ ਹੋਣੀ ਐ ਸੀ ਆਪਾਂ ਪਹਿਲਾਂ ਗਲਤ ਲੈਂਦੇ ਰਹੇ ਆ ਚਲੋ ਜਿਵੇਂ ਮਰਜ਼ੀ ਐ ਉਹ ਕਹਿੰਦੇ ਵੀ ਦੇਖੋ ਆ ਜਿਹੜੇ ਪੰਜ ਚਾਰ ਚੀਜ਼ਾਂ ਹੈਗਾ ਨਾ ਇਹ ਤਾਂ ਕਰ ਦੇਣੇ ਐਸਪੈਕਟ ਨੇ ਇਹਦਾ ਬੜਾ ਫਾਇਦਾ ਹੈ ਵੀ ਇੱਕ ਤੇ ਹੁੰਦਾ ਵੀ ਜਦੋਂ ਜਵਾਕ ਛੋਟਾ ਜਿਹਾ ਹੁੰਦਾ ਨਾ ਉਹਨੇ ਉਦੋਂ ਅੱਧੀਆਂ ਪਚਦੀਆਂ ਜੀਆਂ ਸੁਣ ਲੀਆਂ ਹੁੰਦੀਆਂ ਉਦੋਂ ਨਾ ਪਿਛਲੀ ਵਾਰ ਅੰਕਲ ਬੋਲ ਰਹੇ ਤੇ ਕੁਝ ਗਲੀ ਗਲੀ ਕੁਝ ਗਲੀ ਗਲੀ ਆਬ ਮੁਝੇ ਸਮਝ ਆ ਗਿਆ ਉਹ ਬੋਲੇ ਗਲੀ ਪੱਕੀ ਕਰਾ ਦੇ ਪੱਕੀ ਕਰਾ ਦੇ ਨਹੀਂ ਇਹਦੇ ਘਰੇ ਆ ਕੇ ਪਾਪੇ ਨੂੰ ਪੁੱਛ ਲੈਂਦੇ ਉਹ ਪਹਿਲਾਂ ਇਹਦਾ ਪਾਪਾ ਵੀ ਕਹਿੰਦਾ ਹੁੰਦਾ ਗਲੀਆਂ ਨਾਲੀਆਂ ਪੱਕੀਆਂ ਕਰਾ ਦਾਂਗੇ ਇਹਨੇ ਵੀ ਕਰਾ ਦੇ ਓ ਮਾਈ ਗਾਡ ਕਿੰਨੀ ਚਾਲ ਦੀਆ ਨਾ ਉਹ ਵੀ ਕਹ ਰਿਹਾ ਕਿ ਹਾਂ ਕੋਲ ਮਲਾ ਕੇ ਜਿਹੜਾ ਤੰਤਰ ਹੈ ਉਹ ਇਦਾਂ ਦਾ ਹੈ ਕਿ ਵੀ ਜਿਹੜੀ ਜਨਤਾ ਹੈ ਉਹ ਆਪਣੀ ਮਤਲਬ ਲੋੜਾਂ ਜ਼ਰੂਰਤਾਂ ਦੇ ਵਿੱਚ ਫਸੀ ਘੁੰਮਦੀ ਰਵੇ ਤੇ ਉਹਦਾ ਧਿਆਨ ਹੀ ਨਾ ਜਾਵੇ ਕਿ ਆਂਡ ਗੁਆਂਡ ਚ ਵਾਪਰ ਕੀ ਰਿਹਾ ਹੈ ਨਹੀਂ ਚਲੋ ਜੋ ਵੀ ਆਂਡ ਗੁਆ ਹੈ ਤਾਂ ਜੋ ਵਾਪਰ ਨਾ ਵਾਪਰਦਾ ਹੀ ਰਿਹਾ ਪਰ ਇੰਨਾ ਵਾਅਦਾ ਕਰਤਾ ਮੋਲ ਦੇ ਵਿੱਚ ਕਿਸਾਨਾਂ ਦੇ ਕਰਜ਼ੇ ਤਾਂ ਐ ਲੱਥਣੇ ਨੇ ਹਾਂ ਇਹਦਾ ਮਤਲਬ ਤੁਸੀਂ ਪਰ ਮੈਂ ਕਿਨੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਮੈਂ ਕਰ ਦਵਾਂ ਵੀ ਕਿਸਾਨ ਵੀਰਨਾ ਥੋੜਾ ਜਿਆਦਾ ਧਿਆਨ ਨਾਲ ਰਹਿਣ ਘਰੇ ਕੁੰਡਾ ਕੰਡਾ ਲਾ ਕੇ ਰੱਖਣ ਜੇ ਬੈਲ ਵੱਜੇ ਤਾਂ ਪਹਿਲਾਂ ਜਿਹੜਾ ਕੋਈ ਛੋਟਾ ਜਵਾਕ ਘਰੇ ਉਹਨੂੰ ਗੇਟ ਵੱਲ ਨੂੰ ਭੇਜਣ ਗੇਟ ਖੋਲਣ ਨੂੰ ਹਨਾ ਤੇ ਜੇ ਬਾਹਰੋਂ ਅੱਗੋਂ ਆਇਆ ਵੀ ਅਸੀਂ ਇਨਕਮ ਟੈਕਸ ਤੋਂ ਆਏ ਆ ਤੇ ਸਾਫ਼ ਹੀ ਮੁੱਕਰਦੇ ਵੀ ਹੈ ਨਹੀਂ ਪਾਪਾ ਕਰੇ ਕਿ ਵੀ ਰੇਟ ਕਦੇ ਵੀ ਪੈ ਸਕਦੇ ਐ ਇੰਨਾ ਵਾਧਾ ਹੋ ਗਿਆ ਮਤਲਬ ਇੰਨੇ ਜ਼ਿਆਦਾ ਪੈਸੀ ਮਤਲਬ ਮੈਂ ਤਾਂ ਸਮਝ ਨਹੀਂ ਆਦੀ ਵੀ ਇਹ ਸਰਕਾਰ ਨੂੰ ਕਿੰਨੇ ਸਲਾਹ ਦੇਤੀ ਹੋਗੀ ਵੀ ਯਾਰ ਇੰਨਾ ਤੁਸੀਂ ਮੁੱਲ ਵਧਾ ਦਿਓ ਹਨਾ ਮਤਲਬ ਨੁਕਸਾਨ ਦੇਖੋ ਕਣ ਕਿੰਨੀ ਮਹਿੰਗੀ ਵੇਚੀ ਜਾਂਦਾ ਝੋਨਾ ਬਾਹ ਮਿਲ ਕੇ ਵੇਚੂ ਐ ਖਲਾਰ ਦਿੰਦਾ ਸੜਕਾਂ ਤੇ ਐ ਮਤਲਬ ਇੰਨਾ ਅਮੀਰ ਕਿਸਾਨ ਜੀ ਨੂੰ ਪਰਵਾਹ ਹੀ ਨਹੀਂ ਹੈਗੀ ਮਤਲਬ ਉਹ ਕਹਿੰਦਾ ਯਾਰ ਆਲੂ ਮੈਂ ਬਹੁਤ ਵੇਚ ਲੇ ਕਹਿੰਦਾ ਹੁਣ ਬਾਕੀ ਖਲਾਰ ਦਿਓ ਟਮਾਟਰ ਵੀ ਇਨਫੈਕਟ ਮਤਲਬ ਭਾਏ ਦਾ ਮਟਰਾਂ ਵਾਲਾ ਤੇ ਉਹ ਜੀਰੀ ਵਾਲੇ ਨਹੀਂ ਲੋਟ ਆਉਂਦੇ ਮੈਂ ਨਾ ਏ ਏ ਸਰਕਾਰਾਂ ਨੂੰ ਕਰਜ਼ਾਈ ਕਰਨਗੇ ਕਿਸਾਨ ਮੈਂ ਤੁਹਾਨੂੰ ਦੱਸਦਾ ਲਿਖਾ ਲਓ ਮੇਰੇ ਤੋਂ ਤੁਹਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਮਤਲਬ ਜਿਹੜੇ ਲੀਡਰ ਨੇ ਮੰਤਰੀ ਸਹਿਬਾਨ ਐ ਐਮ ਐਲ ਏ ਸਹਿਬਾਨ ਉਹ ਵਿਚਾਰੇ ਕਿਦਾਂ ਸਰਵਾਈਵ ਕਰਨਗੇ ਥੋੜੇ ਥੋੜੇ ਲੱਖ ਦੀਆਂ ਨੌਕਰੀਆਂ ਚ ਗੁਰਪ੍ਰੀਤ ਜੀ ਉਹਨਾਂ ਦੇ ਵੀ ਨਿਆਣੇ ਨੇ ਉਹਨਾਂ ਦੇ ਵੀ ਟੈਡ ਲੱਗੇ ਨੇ ਖਜ਼ਾਨਾ ਖਾਲੀ ਕਰਨ ਤੇ ਹੋਏ ਹਾਂ ਉਹ ਵੀ ਮੰਗਦੇ ਨੇ ਖਾਣੇ ਅੱਛਾ ਉਹ ਤਾਂ ਹੋਰ ਚੀਜ਼ ਬੱਤੀ ਫ੍ਰੀ ਓ ਮਾਈ ਗੋਡ ਉਹਦਾ ਦੇਣਾ ਕੁਛ ਨਹੀਂ ਸਰਕਾਰ ਆਉ ਸੜਕਾਂ ਤੇ ਮੈਂ ਤੁਹਾਨੂੰ ਦੱਸਾਂ ਇਹ ਕਹਿੰਦੇ ਨੇ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਇਹ ਤਾਂ ਹੁਣ ਔਖਾ ਸਰਕਾਰ ਦਾ ਆ ਵੀ ਹਾਜ਼ਰ ਹੈ ਚੰਚ ਦਾ ਮੀਚਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਮਿੰਟ ਸ਼ਾਮੀ ਤੇ ਇਸੇ ਟਾਈਮ ਵੈਨ ਹੋਵੇਗਾ। ਆਓ ਵੀ ਹਾਜ਼ਰਾਂ। ਚੰਚ ਦਾ ਵੀ ਚਾ। ਗੁਰਪ੍ਰੀਤ ਜੀ। ਹਾਂਜੀ। ਜਲਦੀ ਤੁਸੀਂ ਪੰਜਾਬ ਦੀਆਂ ਸੜਕਾਂ ਤੇ ਵੇਖੋਗੇ। ਪੰਜਾਬ ਦੀਆਂ ਸੜਕਾਂ ਦੇ ਅੱਗੇ ਥੋੜਾ ਕੋਹ ਦੀ ਦਾ ਜਿਹੜਾ ਕੁਝ ਹੋਰ ਖਾਣਾ ਤੇ ਨਹੀਂ ਅੱਜਕੱਲ ਉਹ ਤਾਂ ਘੱਟ ਦੇਖਦਾ ਆਂ ਸਾਈਕਲ ਘੱਟ ਕੇ ਹੁੰਦੀ ਇਹਦਾ ਤੂੰ ਕਿਤੇ ਟੜਕੇ ਟੜਕੇ ਜਾਓ ਹਰ ਤਰ੍ਹਾਂ ਦੀ ਚੀਜ਼ ਮਿਲਦੀ ਗੁਰਪ੍ਰੀਤ ਜੀ ਹਾਂ ਗੰਦੇ ਵਾਲੇ ਬੰਦੇ ਨੂੰ ਨਹੀਂ ਜਣਾ ਕਿਤੇ ਸਾਫ਼-ਸਾਫ਼ ਬੰਨੇ ਆਂ ਸਾਫ਼ ਬੰਨੇ ਚੱਲ ਜੇ ਤੂੰ ਕਿਤੇ ਪਾਰਕ-ਪੁਰਕ ਦੇ ਆਸੇ-ਪਾਸ ਵਾਲੀਆਂ ਸੜਕਾਂ ਦੇਖ ਲਓ ਗੁਰਪ੍ਰੀਤ ਜੀ ਜਿਹੜੇ ਅੰਕਰ ਟਾਇਰ ਹੋਏ ਹੁੰਦੇ ਨਾ ਉਹਨਾਂ ਖਵਾ-ਖਵਾ ਕੇ ਟੌਮੀ ਵੀ ਐਡਾ ਕੀਤਾ ਹੁੰਦਾ ਨਾਲੇ ਵੀ ਅੰਕਲ ਦੀ ਚਾਲ ਗੋਡਿਆਂ ਦੇ ਹਿਸਾਬ ਨਾਲ ਹੁੰਦੀ ਹੈ ਨਾਲੇ ਟੌਮੀ ਦੀ ਚਾਲ ਨਾਲੇ ਉਹਦੀ ਚਾਲ ਨਹੀਂ ਹੁੰਦੀ ਇੰਜੋਇੰਗ ਮੋਡ ਮਗਰ ਟੌਮੀ ਦੀ ਪੂਛ ਹੈ ਹਾਂ ਤੇ ਮੇਰੇ ਅਰਗੇ ਕੁੜੀਆਂ ਜੋ ਨਾਲ ਕੇ ਰੰਗਦੀਆਂ ਹਾਈ ਸੋ ਕਿਊਟ ਸੋ ਕਿ ਕਿੰਨਾ ਫਿਆਰਾ ਡੌਗ ਹੈ ਨਾ ਉਹ ਵੀ ਤਿੰਨ ਚਾਰਾਂ ਬੋਲਣ ਤੇ ਫਿਰ ਉਹ ਵਿਚਾਰਾ ਸਿਰ ਜਿਹਾ ਜੋ ਕਹਿਵੇਂ ਨਾ ਹੈ ਭੈਣ ਮੈਨੂੰ ਕੁਝ ਕਹੇ ਹਾਂ ਫੁੱਲ ਫੁੱਲ ਇੰਜੋਏ ਗੁੱਡੀ ਨਹੀਂ ਹਲੋ ਨਹੀਂ ਦੇਖੋ ਵੀ ਉਹ ਕਹਿੰਦੇ ਵੀ ਯਾਰ ਸਵੱਛ ਭਾਰਤ ਮਹਿੰਮ ਜਿਹੜੀ ਆ ਉਹ ਤਾਂ ਹੈ ਹੀ ਉਹ ਸਵੱਛ ਕਰ ਦਿਆਂਗੇ ਮੈਂ ਉੱਧਰ ਨੂੰ ਜਾਣ ਦੀ ਗੱਲ ਨਹੀਂ ਕੀਤੀ ਕਿਤੇ ਅਹਿਮ ਰੂਟਾਂ ਦੀ ਗੱਲ ਕਰੀ ਅਹਿਮ ਰੂਟ ਅਹਿਮ ਰੂਟਾਂ ਦੇ ਜਾਵੜੋ ਅਹਿਮ ਰੂਟਾਂ ਤੇ ਜੇ ਤੁਸੀਂ ਵੇਖੋਗੇ ਨਾ ਉਦਾਂ ਦੀ ਬੱਸ ਪਹਿਲਾਂ ਨਹੀਂ ਕਦੀ ਵੇਖੀ ਹੋਣੀ ਜਲ ਬੱਸਾਂ ਦੇ ਚਲਾਉਣ ਨੂੰ ਫਿਰਦੇ ਕਿਤੇ ਫੇਰ ਸੜਕਾਂ ਤੇ ਜਲ ਬੱਸ ਕੀ ਕਰੂਗੀ ਉਹ ਤਾਂ ਜਿੱਥੇ ਚਲਾਉਣ ਪਤਾ ਵੀ ਨਹੀਂ ਜੀ ਉਹ ਕਹਿੰਦੇ ਯਾਰ ਪਹਿਲੇ ਵਾਲਿਆਂ ਕੋਲੋਂ ਤਾਂ ਚੱਲੀਆਂ ਨਹੀਂ ਅਸੀਂ ਚਲਾ ਦਾਂਗੇ ਹੁਣ ਅਬ ਐਸੇ ਵੀ ਜੋ ਸੜਕਾਂ ਦੇ ਹਾਲਾਤ ਨੇ ਉਥੇ ਜਲ ਬੱਸਾਂ ਹੀ ਚੱਲਣੀਆਂ ਨੇ ਕਿਉਂਕਿ ਅੱਗੇ ਐਸੇ ਵੀ ਤੁਹਾਨੂੰ ਪਤਾ ਮੌਨਸੂਨ ਨੇ ਦੇਣੀ ਐ ਦਸ ਤੱਕ ਹਾਂ ਕਹਿੰਦੇ ਛੇਤੀ ਦੇ ਦੇਣੀ ਐ ਐਦ ਕੀ ਹੈ ਹੈਨਾ ਪਰ ਨਹੀਂ ਆਪਾਂ ਜਿਹੜੀਆਂ ਬੱਸਾਂ ਦੀ ਗੱਲ ਕਰ ਰਹੇ ਨਾ ਇਹ ਤਾਂ ਮਤਲਬ ਐ ਲਕਸ਼ਰੀ ਬੱਸਾਂ ਅੱਛਾ ਟੋਰ ਚਲਾਉਣੀਆਂ ਕਿੰਨੇ ਪੂਆ ਸਰਕਾਰ ਨੇ ਹੋਰ ਕਿੰਨੇ ਚਲਾ ਦੇਣੀਆਂ ਨੇ ਅੱਛਾ 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 ਪਹਿਲੀ ਸਰਕਾਰ ਚਲਾ ਸਕਦੀ ਕੀ ਗੱਲ ਇਹਨਾਂ ਨੂੰ ਬੱਸਾਂ ਦੇ ਰਾਹ ਨਹੀਂ ਪਤਾ ਨਹੀਂ ਪਹਿਲੀ ਸਰਕਾਰ ਦੇ ਹਿਸਾਬ ਨਾਲ ਨਾ ਚਲਾ ਦੇਣ ਨੇ ਉਦਾਂ ਕਹਿੰਦੇ ਵੀ 600 ਨੰਨੀਆਂ ਬੱਸਾਂ ਜਿਹੜੀਆਂ ਨੇ ਆਵ ਆ ਜਾਣੀਆਂ ਜਿਹਦੇ ਚੋਂ ਜਿਹੜੀਆਂ 50 ਬੱਸਾਂ ਨੇ ਉਹ ਲਕਸ਼ਰੀ ਬੱਸਾਂ ਹੋਣਗੀਆਂ ਐਂਡ ਇਹਨਾਂ 50 ਬੱਸਾਂ ਦਾ ਕਿਰਾਇਆ ਆਮ ਬੱਸਾਂ ਦੇ ਕਿਰਾਏ ਤੋਂ ਵੀ ਘੱਟ ਹੋਏਗਾ ਐਂਡ ਮੋਰਓਵਰ ਇਹ ਜੋ ਪਹਿਲਾਂ ਗੁੰਡਾਗਰਦੀ ਚੱਲਦੀ ਰਹੀ ਹੈ ਨਾ ਬੱਸਾਂ ਦੀ ਉਹਨੂੰ ਰੋਕਣ ਦੇ ਲਈ ਸਰਕਾਰ ਕਰ ਰਹੀ ਹੈ ਓਏ ਹੋਏ ਹਾਂ ਉਹਨਾਂ ਦਾ ਕੋਈ ਟਾਈਮ ਹੀ ਨਹੀਂ ਸੀ ਜਦੋਂ ਮਰਜ਼ੀ ਲਿਆ ਕੇ ਡੱਕ ਦੇਣੀ ਤੇ ਸਵਾਰੀ ਚੜਾਉਣੇ ਤੇ ਚੱਲ ਜਾਣਾ ਹਨਾ ਆਪਣੀ ਮਨਮਾਨੀ ਦਾ ਕਿਰਾਇਆ ਲਈ ਗਏ ਨੇ ਇਹਦਾ ਕਿਰਾਇਆ ਵੀ ਘੱਟ ਬੱਸਾਂ ਵੀ ਲਕਸ਼ਰੀ ਤੇ ਸਾਰੇ ਅਹਿਮ ਰੂਟਾਂ ਤੇ ਚਲਾਉਣੀਆਂ ਕੀ ਆਵਾ ਇਵੀ ਚਲੋ ਅਸੀਂ ਦੁਆ ਕਰਦੇ ਆਂ ਵੀ ਸਰਕਾਰੀ ਹੀ ਹੋਣ ਕਿਉਂਕਿ ਬਾਅਦ ਚ ਪਤਾ ਲੱਗਦਾ ਹੁੰਦਾ ਜੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਦਿੱਤੇ ਗਏ ਕੁਝ ਸੀਗੇ ਤੇ ਉਹ ਜਿਹੜੀ ਪਬਲਿਕ ਹੈ ਉਹ ਵੀ ਹੋ ਰਹੀ ਹੁੰਦੀ ਹੈ ਤੇ ਪ੍ਰਾਈਵੇਟ ਵੀ ਕੁਝ ਹੋ ਰਹੀ ਹੁੰਦਾ ਹੈ ਤੇ ਬਾਅਦ ਵਿੱਚ ਪਤਾ ਲੱਗਦਾ ਵੀ ਯਾਰ ਇਹ ਤਾਂ ਉਹ ਪਹਿਲੀ ਵਾਰ ਸੋਨਾਂ ਦੀ ਹੁੰਦੀ ਸੀ ਯਾਰ ਇਹ 10 ਸਾਲ ਪਹਿਲਾਂ ਚੱਲਦੀਆਂ ਹੁੰਦੀਆਂ ਸੀ ਹੁਣ ਇਹ ਦੁਬਾਰਾ ਰੰਗ ਕਰਕੇ ਲਿਆਏ ਨਿਆਣਿਆਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਜੇ ਖੱਡਾ ਬਾਦਰ ਨੂੰ ਮਿਲ ਸਕਦੀਆਂ ਨੇ ਤਾਂ ਕੀ ਗੱਲ ਬੱਸਾਂ ਨਾ ਕਿਸੇ ਨੂੰ ਮਿਲਣਗੀਆਂ ਉਹ ਵੀ ਤਾਂ ਆਮ ਲੋਕ ਨੇ ਬਿਲਕੁਲ ਸਹੀ ਕਿਹਾ ਪਤਾ ਨਹੀਂ ਕਿਉਂ ਤੁਸੀਂ ਮਤਲਬ ਹਾਊ ਆਰ ਯੂ ਯਰ ਮੈਂ ਉਹੀ ਕਹਿ ਰ ਮਤਲਬ ਮੇਰਾ ਮੈਨੂੰ ਖੁਦ ਨਹੀਂ ਸਮਝ ਆ ਰੇ ਮੇਰਾ ਹਾਲ ਕੀ ਹੈ ਨਾ ਤੁਹਾਡੀ ਸੋਚ ਦਾ ਦਾਇਰਾ ਬਹੁਤ ਨਿੱਕਾ ਹੁੰਦਾ ਜਾ ਰਿਹਾ ਹੈ ਸੰਕੀਰਨ ਸੋਚ ਬੰਦੀ ਜਾ ਰਹੀ ਮੇਰੀ ਕਿਹੜੀ ਸੋਚ ਸੰਕੀਰਨ ਮੈਨੂੰ ਨਾ ਬਸ ਕਿਹੜੀ ਕਿਰਨ ਸੋਚ ਆ ਬਸ ਸੋਚ ਚੋਦੀ ਤੁਹਾਡੀ ਹਾਜ਼ਰੇ ਚੰਚੀ ਦਾ ਵੀ ਚਾਹ ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਤੇ ਕੁਝ ਪ੍ਰਦੇਸ਼ ਤੇ ਕੁਝ ਵਿਦੇਸ਼ ਤੇ ਕੁਝ ਇਤਿਹਾਸ ਤੇ ਕੁਝ ਮਿਥਿਹਾਸ ਤੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਆ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਤੁਹਾਡੀ ਹਾਜ਼ਰੀ ਚੰਗੀ ਦਵਾ ਵਿਚਾਈ ਭਾਈ ਹੁਣ ਪੈਨਡ ਫੋਨ ਕਰ ਦਿਓ ਸਸਤਿਆ LED ਟੂਪਾਉ CFL ਬਲਬ ਇਸ ਦੇ ਨਾਲ ਨਾਲ ਪੱਖੀ ਤੇ ਹੋਰ ਘੱਟ ਬਿਜਲੀ ਖਾਣ ਵਾਲਾ ਸਮਾਨ ਸਰਕਾਰ ਨੇ ਦੇਣਾ ਹੈ ਬਲਬ ਦਾ ਰੇਟ ਕੋਈ 65 ਰੁਪਏ ਹੈ ਪੱਖੇ ਦਾ ਰੇਟ ਕੋਈ 1150 ਰੁਪਏ ਤੇ ਇੱਕ ਟਿਊਬ ਲਾਈਟ ਦਾ ਰੇਟ ਮੈਂ ਭੁੱਲ ਗਈ ਹਾਂ ਕਨਫਰਮ ਕਰ ਲਿਓ ਉਹ ਤੁਸੀਂ ਦੇਖ ਲੈਣਾ ਗੁਰਪ੍ਰੀਤ ਜੀ ਚਾਨਣ ਹੋਇਆ ਨਾ ਚਾਰੇ ਪਾਸੇ ਚਾਨਣ ਮੁੰਨਾ ਜਾਲਾ ਕੀ ਦੱਸੋ ਮਾੜੀ ਸਕੀਮ ਦੱਸੋ ਪਿਆਰ ਸਰਕਾਰ ਦੀ ਇਹ ਨਹੀਂ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਨਹੀਂ ਨਹੀਂ ਫਿਲਹਾਲ ਤੇ ਪੰਜਾਬ ਸਰਕਾਰ ਵੱਲੋਂ ਹੋ ਰਹਾ ਹੈ ਨਾ ਕਿਉਂਕਿ ਰਾਣਾ ਗੁਰਜੀਤ ਸਿੰਘ ਹੋਰਾਂ ਨੇ ਉਦਘਾਟਨ ਕੀਤਾ ਤੇ ਆਫਕੋਰਸ ਹੈ ਨਾ ਕਿਹੜਾ ਕਿਹੜੇ ਗੁਰਜੀਤ ਸਿੰਘ ਹੋਰਾਂ ਨੂੰ ਮਤਲਬ ਇੱਕ ਗੱਲ ਤਾਂ ਹੈਗੀ ਹੈ ਉਹ ਟੈਨਸ਼ਨ ਜ਼ਰੂਰ ਹੋਣੇ ਕਾਦੀ ਯਾਰ ਬਲਸਾ ਦਾ ਟਾਈਮ ਵਧੀਆ ਸੀ ਕਿੰ ਭਾਵੇਂ ਸਰਕਾਰ ਸੈਂਟਰ ਵਾਲੀ ਦੀ ਹੋਵੇ ਫੋਟੋ ਜ਼ਰੂਰ ਆਪਣੀ ਲਾ ਦੇਉਂਦੇ ਹੋ ਇਹਨਾਂ ਬੋਰਡ ਵੀ ਨਹੀਂ ਲਾਉਂ ਦਿਤਿਆ ਇਹਨਾਂ ਨੇ ਬਲਬਾਂ ਤੇ ਫੋਟੋਆਂ ਨਹੀਂ ਲਾਈਆਂ ਆਪਣੀਆਂ ਕਾਹਦਾ ਉਜਾਲਾ ਇਹਨਾਂ ਦਾ ਨਾਮ ਕਿੱਥੇ ਰੋਸ਼ਨ ਹੋ ਜਾਣਾ ਗੁਰਪ੍ਰੀਤ ਹੈ ਨਹੀਂ ਹੋ ਸਕਦਾ ਕਿ ਬਲਬ ਤੇ ਫੋਟੋ ਲੱਗੀ ਹੋਵੇ ਬੰਦਾ ਬਲਬ ਟੜਿੰਗ ਕਰਕੇ ਆਨ ਕਰੇ ਦੇਖਾਂ ਕਿਦਾਂ ਨਾਮ ਰੋਸ਼ਨ ਹੁੰਦਾ ਇਹਨਾਂ ਦਾ ਹੋ ਸਕਦਾ ਸਹੀ ਗੱਲ ਨੋ ਕారణਾ ਉਹਨਾਂ ਨੇ ਇਹ ਆ ਜੀ ਬੇਸਿਕਲੀ ਕਹਿੰਦੇ ਵੀ ਹੁਣ ਗਰੀਬ ਪਰਿਵਾਰਾਂ ਨੂੰ ਬਿਤੀ-ਬੁੱਤੀ ਬਚਾਉਣ ਦਾ ਕਰਕੇ ਨਾ ਸਰਕਾਰੀ ਤੌਰ ਦੇ ਉੱਪਰ ਘੱਟ ਟਰੇਟਰਾਂ ਤੇ ਏਲਈਡੀ ਬਲਬ ਸੀਐਫਐਲ ਬਲਬ ਬੱਕੇ-ਬੁੱਕੇ ਦੇਣੇ ਇਹੀ ਹੈ ਨਾ ਸਕੀ ਹਾਂ ਐਂ ਕਹਿੰਦੇ ਕਿ ਆਧਾਰ ਕਾਰਡ ਜਿਹੜਾ ਉਹ ਦਿਖਾਓ ਤੇ ਸਸਤਾ ਬਲਬ ਪੱਖਾ ਟਿਊਬ ਲਾਈਟ ਲੈ ਕੇ ਆਓ ਕੀ ਆ ਬਾਤ ਹਾਂ ਹੁਣ ਇਹਦੇ 'ਚ ਹੋਣਾ ਕੀ ਹੈ ਹੋਣਾ ਹੈ ਵੀ ਜ਼ਰੂਰਤਮੰਦ ਪਰਿਵਾਰਾਂ ਤੱਕ ਇਹ ਨਹੀਂ ਪਹੁੰਚਣਾ ਆਧਾਰ ਕਾਰਡ ਪਹੁੰਚ ਗਿਆ ਜਿਹੜਾ ਇਹ ਪਹੁੰਚਣਾ ਉਹ ਵੀ ਕਹਿ ਰਹੇ ਨੇ ਜਿਹਨੂੰ ਜਿਹਨੂੰ ਮਤਲਬ ਲੋਡ ਨਹੀਂ ਹੁੰਦੀ ਉਹਨਾਂ ਕੋਲ ਕੁਛ ਨਹੀਂ ਯਾਰ ਕਹਿੰਦੇ ਉਹਦੇ ਬਲ ਬਾਇ ਉਹ ਲੈ ਚਲੋ ਫਿਰ ਦਸ ਕਾਪਾ ਕਰਨਾ ਹਾਂ ਉਹ ਲੈ ਆ ਕੇ ਮੈਂ ਬਾਰੀ ਕੀ ਰੱਖ ਲੈਣੇ ਦੋ ਕੋਈ ਕੰਮ ਨਹੀਂ ਹੁੰਦਾ ਹਾਂ ਫਿਰ ਰਿਸ਼ਤੇਦਾਰ ਆਉਣਗੇ ਨਾ ਉਹਨਾਂ ਨੂੰ ਦਿਖਾਈ ਜਾਣੇ ਆ ਵੇਖੋ ਅਸੀਂ ਉਦੋਂ ਦਾ ਲੱਗਿਆ ਤੇ ਮੈਂ ਫਿਰ ਕਿਹਾ ਇਹਨੂੰ ਮੈਂ ਕਿਹਾ ਚੱਲ ਪੁੱਤ ਲੈ ਚੱਲਦੇ ਕਿਤੇ ਕੰਮ ਆਉਣਗੇ ਤੁਹਾਨੂੰ ਚਾਹੀਦੇ ਦੋ ਤੁਸੀਂ ਲੈ ਜਾਓ ਹਾਂ ਨਾਲੇ ਵੀ ਹੈ ਨਾ ਉਦੋਂ ਨਾ ਹੋਰ ਕੁਝ ਨਹੀਂ ਮਿਲਦਾ ਫੇਰ ਮੈਂ ਕਾਉਂਸਲਰ ਨੂੰ ਫੋਨ ਕੀਤਾ ਮੈਂ ਕਿਹਾ ਯਾਰ ਇਦਾਂ ਕਦਾ ਵੋਟਾਂ ਲੈਣ ਲੱਗਿਆਂ ਦੁਹਾਂ ਹੱਥ ਜੋੜ ਕੇ ਆ ਗਿਆ ਹਾਂ ਹੁਣ ਪੱਖੇ ਕਿਨੇ ਦਵਾਣਾ ਮੈਂ ਦੋ ਪੱਖੇ ਲੈ ਕੇ ਆਇਆ ਕਹਿੰਦਾ ਫੇਰ ਕੁਝ ਨਹੀਂ ਇੱਕ ਗਾਵਾਂ ਲਾਤਾ ਆਪਾਂ ਤੇ ਕਹਾਂ ਦੂਜਾ ਜੇ ਪਿਆ ਮਾਰੀ ਜੇ ਕੋ ਛੱਡ ਛੁੱਡ ਗਿਆ ਤੇ ਲਾ ਲਾਂਗੇ ਏਡੀ ਕਿਹੜੀ ਆ ਇਹ ਕਿਹੜਾ ਚੀਜ਼ਾਂ ਨਾਲ ਖਰਾਬ ਹੁੰਦੀ ਆ ਆਹ ਹੋ ਨਾ ਵਾਜੀ ਸਰਕਾਰੀ ਚੀਜ਼ ਆ ਆਪਾਂ ਲੈਂਦੇ ਫੇਰ ਕਿਸੇ ਨੂੰ ਤੇ ਲੈ ਹੀ ਲੈਣੀ ਹਾਂ ਹਾਂ ਨਿਆਰੇ ਲੋਕੇ ਬਿਲਕੁਲ ਬਿਲਕੁਲ ਸਹੀ ਪਕੜੇ ਹੈ ਮਤਲਬ ਇੰਡੀਆ ਯਮਨ ਦਾ ਨਿਆਰਾ ਹੀ ਏ ਜਿਹੜਾ ਸਰਕਾਰੀ ਸਕੀਮਾਂ ਦਾ ਲਾਭ ਲੋਕੀ ਲੈਂਦੇ ਓਏ ਹੋਏ ਸਰਕਾਰੀ ਸਕੀਮ ਨੂੰ ਨਹੀਂ ਸਮਝ ਆਉਂਦੀ ਮੇਰੇ ਨਾਲ ਵਾਪਰੇਆ ਕੀ ਹੈ ਸਹੀ ਗੱਲ ਉਧਰ ਪਰ ਸਰਕਾਰੀ ਸਕੀਮ ਦਾ ਹੁੰਦਾ ਪਤਾ ਕੀ ਹੈ ਸਰਕਾਰੀ ਸਕੀਮ ਜਿੱਦਾਂ ਉਦੋਂ ਬਣਦੀ ਏ ਮੰਨ ਲਓ ਕਹਿੰਦੇ 100 ਰੁਪਏ ਦੀ ਸਕੀਮ ਬਣਾਈ ਹੂੰ ਹੂੰ ਠੀਕ ਹੈ ਜੀ ਉਹ ਮੈਂ ਕਹਿੰਦੇ ਲਾਗੂ ਹਣ ਲਾਗੂ ਹਣ ਕਰੋ ਬਣਾ ਦੇ ਸਕੀਮ 100 ਰੁਪਏ ਦੀ ਚਲੋ ਬੇਟੀ 17 ਅੰਕ ਤੱਕ ਦਾ ਕਹਿੰਦੇ ਹਾਲ ਤਾਬ ਕਰ ਲਓ ਹੂੰ ਹੂੰ 17 ਵਾਲੇ ਥੱਲੇ ਜਾ ਕੇ ਰੌਲਾ ਪਾਉਣ ਹਾਂ ਬਈ 17 ਦੀ ਸਕੀਮ ਆ ਗਈ ਹੈ ਸਰਕਾਰ ਵੱਲੋਂ ਸੋ ਲੋ 50 ਦੀ ਤਾਂ ਫਿਰ ਹੈਗੀ ਆ ਯਾਰ ਕਰੋ ਥੱਲੇ 50 ਤੱਕ ਦਾ ਹਾਂ 50 ਦੀ ਸਕੀਮ ਥੱਲੇ ਉਹ ਵੀ 50 ਦੀ ਸਕੀਮ ਆਈ ਹੈ ਸਰਕਾਰ ਦੀ ਹਮ ਬਾਅਦ ਸਭ ਬਾਅਦ ਥੱਲੇ ਤੱਕ ਪਹੁੰਚਦਾ ਪਹੁੰਚਦੇ ਪੰਜਾਂ ਦਹਾਂ ਦੀ ਜਾਂਦੀ ਨਹੀਂ ਤਾਂ ਜਿਹੜੀ ਪੰਜਾਂ ਦਸਾਂ ਹੀ ਜਾਂਦੀ ਹੈ ਫਿਰ ਉਹ ਵੀ ਕਿਹੜਾ ਅੱਗੇ ਉਹ ਵੀ ਅੱਗੇ ਕਹਿੰਦੇ ਪੰਜਾਂ ਦਸਾਂ ਨੂੰ ਗਈ ਹੈ ਉਹਨਾਂ ਨੇ ਇੰਨੇ ਦੇ ਲਈ ਹੈ ਅਸੀਂ ਭਾਜੀ ਇੰਨੇ ਦੀ ਦੰਨੇ ਆ ਕਣਕ ਨਾਲ ਕੀ ਹੋਇਆ ਸੀ ਸੌਰੀ ਟੂ ਸੇ ਇਹ ਵਰਡਸ ਬੜੇ ਉਹ ਨੇ ਹਾਰਸ਼ ਨੇ ਵੀ ਲੋਕਾਂ ਨੇ ਉਹ ਕਣਕ ਜਿਹੜੀ 2 ਰੁਪਏ ਕਿਲੋ ਕੇ ਕਿੰਨੀ ਵੀ ਵੇਚੀ ਗਈ ਉਹ ਸੁੱਕਣਾ ਬੋਰੀਆਂ ਭਰ-ਭਰ ਲੈ ਲੀਆਂ ਤਾਂ ਮੁੜ ਕੇ ਗਾਂ ਵੇਚੀਆਂ ਹੀ ਨੇ ਕਿਹਨੇ ਵੜਤੀ ਉਹ ਤੇ ਉਹੀ LED ਬਲਬਾਂ ਟਿਊਬ ਲਾਈਟਾਂ ਤੇ ਪੱਖਿਆਂ ਦਾ ਹਾਲ ਹੋਣਾ ਵੀ 1150 ਸਾਨੂੰ ਲੱਗਿਆ 1250 ਤੁਸੀਂ ਦੇ ਦਿਓ ਆਹ ਹਾਂ ਤਾਂ ਪਹਿਲੇ ਤਾਂ ਹੀ ਖਲੋਤਾ ਜਾ ਕੇ ਸੇ ਨਾਲੇ ਕਾਰਡ ਮੁਖਾਇਆ ਉਹ ਆ ਵੀ ਹਾਜ਼ਰੇ ਜੱਜ ਦਾ ਵੀ ਚਾਹ ਬੋਤ ਵਿਚਾਲਾ ਹੈ ਖਬਰਾਂ ਦਾ ਇਸ ਸੰਸਾਰ ਤਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਤਦੇ ਦੁੱਖ ਦੀ ਖਬਰ ਤੇ ਕਦੇ ਪੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਸ਼ਾਮੀ ਤੇ ਇਸੇ ਟਾਈਮ ਵੈਨ ਹੋਇਆ ਹੈ ਹਜ਼ਰੇ ਚੰਚੀ ਦਾ ਮੀਚਾ ਹਾਂਜੀ ਆਜ ਕਰੋ ਇਨਾਕ ਨਾ ਕਿਉਂ ਨਹੀਂ ਸਿਰ ਪੰਜੂ ਤੁਹਾਡੀ ਗਰਮੀ ਬਹੁਤ ਆ ਗੁੱਪੀ ਜੀ ਮੈਂ ਤਾਂ ਅੱਗੇ ਇੰਨੀ ਗਰਮੀ ਲਈ ਤਾਂ ਨੂੰ ਪਤਾ ਗਰਮੀ ਨੂੰ ਮੈਂ 4 ਵਜੇ ਨੇਰੇ ਆ ਜੇ ਮੈਂ ਵੀ ਤਾਂ ਗਰਮੀ ਚ ਆਉਣਾ ਨਹੀਂ ਤੁਸੀਂ ਸਹਿ ਸਕਦੇ ਮੈਂ ਨਹੀਂ ਆਈ ਕਾਂਟ ਤਾਂ ਹੀ ਤਾਂ ਮੈਂ ਬਰਫ ਫੀਲੀਆਂ ਪਹਾੜੀਆਂ ਦੀ ਵੇਟ ਚ ਬਹੁਤ ਜ਼ਿਆਦਾ ਨਾਜ਼ੁਕ ਕਿਸਮ ਦੀ ਕੁੜੀ ਹੈ ਜੀ ਕਈ ਵਾਰਾਂ ਦੇਦਾ ਘਰ ਦੇ ਵੀ ਤਿੰਨ ਚਾਰ ਸੇਲਾਂ ਬਰਫ ਦੀਆਂ ਮਗਾ ਕੇ ਉਹ ਚ ਲਾ ਲੈਂਦੇ ਅੱਦੇ ਦੇ ਘੇੜੇ ਵਾ ਪੁੱਜਰੇ ਹਾਂ ਕੁਛ ਪਿਆਰ ਕਰਕੇ ਨਹੀਂ ਅਜੇ ਤੁਸੀਂ ਲਵਾਓ ਮੈਨੂੰ ਬਰਫ਼ 'ਚ ਮੁੜ ਕੇ ਇੱਥੇ ਬਹਿ ਕੇ ਕਿਸੇ ਨੇ ਨਹੀਂ ਹੱਸਣਾ ਜਿੱਦਣ ਪੱਕੀ ਬਰਫ਼ 'ਚ ਲੱਗ ਗਈ ਐਡੇ ਨੇ ਤੂੰ ਬਰਫ਼ 'ਚ ਲੱਗਣ ਲੱਗੀ ਤਿੰਨ ਚਾਰ ਸਾਲਾਂ ਨਾਲ ਤੈਨੂੰ ਕੀ ਹੁੰਦਾ ਮੈਂ ਸ਼ਕਤੀਮਾਨ ਆ ਤਿੰਨ ਚਾਰ ਸਾਲਾਂ ਦਾ ਐਂ ਖੁਰਦੀ ਨਾ ਐਂ ਜਦਾਂ ਮੈਨੂੰ ਸ਼ਬੀਲ ਵਾਲੇ ਟੱਬ 'ਚ ਨਹੀਂ ਦੇਖ ਕੇ ਖੁਰਦੀ ਬਰਫ਼ ਗੁਰਪ੍ਰੀਤ ਜੀ ਹਾਂ ਚੰਗੀ ਗੱਲ ਕੋਈ ਕਰਿਆ ਕਰੋ ਖਾਣੇ ਮਤਲਬ ਉਹੀ ਬਰਫ਼ ਵਾਲੇ ਗੋਲੇ ਤੇ ਗੱਲਾਂ ਇਥੇ ਆ ਗਏ ਮਤਲਬ ਬਾਹਰ ਰੂਹ ਅਫਜੇ ਦੀਆਂ ਤੇ ਉੱਤੇ ਵੀ ਰੂਹ ਅਫਜਾ ਪਾਇਆ ਹੁੰਦਾ ਨਹੀਂ ਰੂਹ ਅਫਜੇ ਦਾ ਨਾਂ ਹੀ ਹੁੰਦਾ ਉਹ ਰੂਹ ਜਦੋਂ ਮੈਂ ਕਦੇ ਰ ਵੀ ਟਰਾਈ ਕੀਤਾ ਸੀ ਉਹ ਬੋਤਲ ਨੂੰ ਧਿਆਨ ਨਾਲ ਦੇਖੋ ਰੂਹ ਅਫਜਾ ਨਹੀਂ ਹੁੰਦੀ ਉਹ ਕਿਤੇ ਪ੍ਰਾਣ ਨਹੀਂ ਕਿਸੇ ਨੇ ਮਤਲਬ ਸੰਤਰਾ ਹੀ ਹੀਰ ਉਹ ਵਾਲੀ ਬੋਤਲ ਹੁੰਦੀ ਉਹ ਤੋਤਾ ਕੇ ਨਾ ਉਹਦੇ ਵਿੱਚ ਰੰਗ ਪਾਇਆ ਹੁੰਦਾ ਹਾਂ ਹਾਂ ਖੰਡ ਵੱਖਰੀ ਹੁੰਦੀ ਹੈ ਰੰਗ ਵੱਖਰਾ ਕੋਲਿਆ ਹੁੰਦਾ ਹਾਂ ਉਹ ਰੂਹ ਅਫਜਾ ਹਾਂ ਥੋੜਾ ਜਿਹਾ گلاب ਦਾ ਐਸੈਂਸ ਜਿਆ ਪਾ ਕੇ ਉਹਨੂੰ ਫਿਰ ਜਦੋਂ ਐ ਮਤਲਬ ਉਹਦੇ ਉੱਪਰ ਢੱਕਾ ਪਤਾ ਕਿਹੜਾ ਹੁੰਦਾ ਹਾਂ ਤੁੱਕਾ ਨਹੀਂ ਤੁੱਕਾ ਹਾਂ ਤੁੱਕਾ ਸਮਨੇ ਉਹ ਜਿਹੜਾ ਵਿੱਚ ਉਹ ਹੁੰਦੇ ਆ ਉਹ ਛੱਲੀ ਦਾ ਤੁੱਕਾ ਪੂਆ ਅੱਛਾ ਉਹ ਵੀ ਹੁੰਦਾ ਹਾਂਜੀ ਹਾਂਜੀ ਮਤਲਬ ਦੇਖੋ ਬੜਾ ਸੌਖਾ ਤਰੀਕਾ ਡੱਟ ਬਣਾਉਣ ਦਾ ਪੰਜਾਬੀ ਤਰੀਕਾ ਮੈਂ ਦੱਸਦਾ ਅੱਜ ਪ੍ਰੋਗਰਾਮ ਚਾਹੀਦੇ ਵਿਚਾਰ ਚ ਕਈ ਤਰੀਕਾ ਮੈਂ ਦੱਸ ਦੇਣਾ ਤੇ ਕੋ ਛੱਲੀ ਲੈਣੀ ਹੈਗੀ ਛੋੜੀ ਪਤਲੀ ਇੱਕ ਮਿੰਟ ਆਹ ਕਿਸਾਨ ਵੀਰੋ ਅੱਜ ਅਸੀਂ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਪਤਾ ਹੈ ਸ਼ਹਿਰਾਂ ਵਾਲੇ ਸਿੱਖਣ ਹਾਂ ਸ਼ਹਿਰਾਂ ਵਾਲੇ ਕਿਵੇਂ ਬਣਾਉਂਦੇ ਆ ਹਾਂ ਤਾਂ ਤਾਂ ਡੱਟ ਕਿਵੇਂ ਬਣਾਈਏ ਹਾਂਜੀ ਮਤਲਬ ਛੱਲੀ ਥੋੜੀ ਪਤਲੀ ਲੈ ਲੈਣੀ ਹੈ ਪਹਿਲੀ ਗੱਲ ਦੇ ਭੁੰਨ ਕੇ ਛਕੋ ਹਾਂ ਉਪਰਾਂ ਤੇ ਜਿਹੜਾ ਸੁੱਕਾ ਉਹਦਾ ਤੁੱਕਾ ਹੈ ਹਾਂ ਉਹਦੇ ਵਿੱਚ ਤੁਸੀਂ ਕਿਸੇ ਵੀ ਧਾਰ ਨਾਲ ਛੇਕ ਕਰ ਲੈਣਾ। ਅੱਛਾ। ਤੇ ਉਹਨੂੰ ਬੋਤਲ ਦੇ ਵਿੱਚ ਫਿੱਟ ਕਰ ਦੇਣਾ। ਓਕੇ। ਉਹਦੇ ਵਿੱਚ ਹੀ ਬਣ ਜਾਣਾ ਜਦੋਂ ਤੁਸੀਂ ਉਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇਸ ਤਰ੍ਹਾਂ ਡਾਲਣਾ ਹੈਗੇ। ਤੇ ਉਹ ਪੂਰੀ ਗੋਲੇ ਵਾਲੀ ਫੀਲਿੰਗ ਆਣੀ ਆਏਗੀ। ਆਣੀ ਹੈਗੀ। ਮੈਂ ਗੋਲਾ ਕਦੇ ਵੀ ਬਣਾਇਆ ਸੀ। ਪੋਣਾ ਲੈ ਕੇ। ਹਾਂ। ਉਹਦੇ ਵਿੱਚ ਬਰਫ ਦਾ ਵੱਡਾ ਵਾਲਾ ਜਿਹੜਾ ਉਹ ਬਾਊਲ ਜਮਾਇਆ ਹੁੰਦਾ ਉਹਨੂੰ ਰੱਖ ਲਓ। ਹੂੰ। ਮੁੜ ਕੇ ਉਹਨੂੰ ਕਰੀ ਫੋਲਡ ਕਰਕੇ ਜਮੀਨ ਤੇ ਰੱਖ ਲੈਣਾ। ਫਿਰ ਦੇ ਤੇਰੀ ਵੇਲ ਨਾਲ ਜਿਹੜਾ ਵਾਸਤੇ ਕਿਆ ਬਾਤ ਮਤਲਬ ਕਰਾਂਗੇ ਕੋਈ ਜ਼ਿੰਦਗੀ ਦੀ ਇਹ ਦੇਸੀ ਤਰੀਕਾ ਫਿਰ ਇਹ ਇਹ ਵੇਲ ਨਾ ਸੁਣ ਕੇ ਤੁਹਾਡੀ ਗਵਾਂਡ ਵਾਲੀ ਆਂਟੀ ਨੇ ਕਿਹਾ ਨਾ ਆ ਯਾਰ ਆ ਗਵਾਂਡੀਆਂ ਵਾਲਾ ਗੋਲਾ ਨਾ ਗੋਲਾ ਬਣਾਈ ਜਾਂਦਾ ਮੈਂ ਨਹੀਂ ਮੈਂ ਨਹੀਂ ਮੇਰਾ ਕਿਹਾ ਹੈਗਾ ਇਦਾਂ ਦੇ ਕੰਮ ਨਾ ਕਰਾ ਕਰ ਤੇਰੇ ਕਦੇ ਚੀਚੀ ਚੁਚੀ ਲੈ ਵਾਜ ਗਿਆ ਨਾ ਚੀਚੀ ਸੋਚ ਕੇ ਭੜੋਲਾ ਹੋ ਜਾਂਦੀ ਹੈ ਮੰਦਲੀ ਆਹ ਲੋਦ ਗੋਲਾ ਨੰਦੀ ਇਹਨਾਂ ਮੈਂ ਕਹਾਂਗਾ 4 ਵਜੇ ਗੋਲੇ ਵਾਲਾ ਭਾਈ ਆਉਂਦਾ ਉਹਦੇ ਕੋਲ ਗੋਲਾ ਲੈ ਲਈ ਪਰ ਮੰਦ ਹੀ ਨਹੀਂ ਹੈ ਬੜੀ ਢੀਠ ਕਿਸਮ ਦੀ ਹੈ ਆਪਾਂ ਗੱਲ ਕੀ ਕਰ ਰਹੀ ਨਹੀਂ ਗੋਲੇ ਬਣਾ ਰਹੇ ਸੀ ਅੱਲੇ ਮੈਂ ਸ਼ੁਰੂ ਹੋਈ ਸੀ ਕੁੜੀ ਜੀ ਆਪਾਂ ਗੋਲਾ ਇਹ ਇਹ ਮੈਡਮ ਦੇ ਪ੍ਰੋਗਰਾਮ ਵਿੱਚ ਅੱਜ ਪੜ੍ਹ ਸਿੱਖਣਾ ਹੈ ਕਿ ਗੋਲਾ ਕਿਵੇਂ ਬਣਾਈਏ ਕਿਵੇਂ ਬਣਾਈਏ ਹਾਂ ਪਹਿਲਾਂ ਕਤਿਰਾ ਗੁੰਦ 5 ਰੁਪਏ ਦੀ ਪਜਾਰ ਤੋਂ ਲੈ ਲੈਣੀ ਹੈ ਓਵਰਨਾਈਟ ਉਹਨੂੰ ਤੁਸੀਂ ਪਾਣੀ ਚ ਪਾ ਕੇ ਲੈ ਨਹੀਂ ਪੰਜਾਂ ਦੀ ਹੈ ਹਾਂ ਕਿਉਂਕਿ ਸਵੇਰੇ ਫੁੱਲ ਕੇ ਇੰਨੀ ਹੋ ਜਾਣੀ ਹੈ ਉਸ ਤੋਂ ਬਾਅਦ ਵਿੱਚ ਤੁਸੀਂ ਉਹ ਜਦੋਂ ਵੇਲਨੇ ਦੇ ਨਾਲ ਉਹਨੂੰ ਕੁੱਟ ਲੈ ਜਾਇਂ ਇਸ ਤਰ੍ਹਾਂ ਦੇ ਨਾਲ ਫਿਰ ਉਹਨੂੰ ਖੋਲ ਕੇ ਦੇਖਣਾ ਹੈ ਪੋਣੇ ਨੂੰ ਜੇ ਤਾਂ ਬਰਫ਼ ਵਿੱਚ ਬਾਕੀ ਤੁਹਾਨੂੰ ਲੱਗ ਰਿਹਾ ਹੈ ਕਿ ਬਿਲਕੁਲ ਪਤਲੀ ਹੋ ਗਈ ਤਾਂ ਠੀਕ ਹੈ ਤਾਂ ਫਿਰ ਇੱਕ ਵਾਰ ਵੇਲ ਲੈ ਕਮਾ ਲੈਣਾ ਉਸ ਵਾਰ ਉਹਨੂੰ ਐਵੇਂ ਐਵੇਂ ਜੋੜ ਕੇ ਗੋਲਾ ਬਣਾ ਲੈਣਾ ਹੈ ਹੈ ਨਾ ਜੇ ਕੋਈ ਡਿਖਾ ਡੁਖਾ ਮਿਲੇ ਤਾਂ ਵਿੱਚ ਫਸਾ ਲੈਣਾ ਹੈਗਾ ਆਫਟਰ दैट ਉਹ ਰੂਹ ਹਵਜ਼ਾ ਕਰੇ ਦੇਖੋ ਪਿਓਰ ਹਾਂ ਰੇੜੀਆਂ ਤੇ ਕਿਤੇ ਪਿਓਰ ਮਿਲਦਾ ਉਹ ਬਰਫ ਤੇ ਪਾ ਲੈਣਾ ਹੈਗਾ ਚੂਸੀ ਜਾਣਾ ਜਦੋਂ ਮੁੱਕ ਜਾਣਾ ਤੇ ਫੇਰ ਪਾ ਲੈਣਾ ਹੈਗਾ ਗੋਲਾ ਬਣ ਗਿਆ ਦਿਲ ਕਰੇ ਤਾਂ ਕਿ ਤੀਰਾ ਗੁੰਦ ਵੀ ਪਾ ਲੈਣਾ ਹੈਗਾ ਬਹੁਤ ਹੀ ਕਮਾਲ ਇਹਨਾਂ ਨੇ ਸਾਨੂੰ ਗੋਲਾ ਬਣਾਉਣਾ ਦੱਸਿਆ ਹੈਗੇ ਤੁਸੀਂ ਘਰ ਵੀ ਇਸ ਤਰ੍ਹਾਂ ਦਾ ਗੋਲਾ ਬਣਾ ਕੇ ਨਿਆਣਿਆਂ ਨੂੰ ਖਾਂਗ ਜ਼ਰੂਰ ਲਵਾਨੀ ਹੈਗੀ ਤੂੰ ਟ੍ਰਾਈ ਕਰ ਵੇ ਗੋਲਬਨਾ ਨਾ ਤੇ ਜਦ ਤੱਕ ਅਸੀਂ ਗਾਣਾ ਸੁਣ ਲੈਂਦੇ ਆ ਨਹੀਂ ਉਹ ਤਾਂ ਚਲੋ ਵੱਖਰੀ ਗੱਲ ਐ ਮੈਂ ਇੱਕ ਚੀਜ਼ ਹੋਰ ਸੋਚਦਾ ਵੀ ਐਡਾ ਪੰਗਾ ਉਹਦੇ ਨਾਲ ਹੀ ਵੇਲਣਾ ਇਹ ਲੈਣਾ ਤੇ ਉਹਨੂੰ ਮਿਕਸੀ 'ਚ ਨਹੀਂ ਬਰੀਕ ਕੀਤੀ ਜਾਂਦੀ ਬ੍ਰੋ ਗੁਰਪ੍ਰੀਤ ਜੀ ਕੱਲ ਨੂੰ ਮਿਕਸੀ ਦੇ ਭਲੇੜ ਜਿਹੜੇ ਉਹਦੇ ਖਰਾਬ ਹੋ ਗਏ ਤੇ ਜਿੰਨੇ ਗੋਲੇ ਦੇ ਪੈਸੇ ਨਹੀਂ ਲੱਗ ਰਹੇ ਉਹਨੇ ਮਿਕਸੀ ਤੇ ਲਾਉਣੇ ਪੈ ਜਾਣੇ ਆ ਨਹੀਂ ਵੇਲਣਾ ਦਾ ਜਦੋਂ ਤੁਸੀਂ ਪੱਥਰ ਦਾ ਲਿਆਂਦਾ ਕੋਈ ਨਹੀਂ ਨਹੀਂ ਜਾ ਉਹ ਤਾਂ ਲੋਹੇ ਦਾ ਰਕੜਾ ਵੇਲਣਾ ਦੇ ਖਰਾਬ ਹੋਏ ਤੁਸੀਂ ਜਿੱਥੋਂ ਵੇਲਣਾ ਲਿਆ ਉਹ ਨਾਲ ਲੜ ਸਕਦੇ ਹੋ ਜਾ ਕੇ ਐ ਕਿਵੇਂ ਦਾ ਵੇਲਣਾ ਦਿੱਤਾ ਹੈਗਾ ਟੁੱਟ ਕੇ ਹੱਥ ਜਾ ਗਿਆ ਮੈਂ ਗੋਲਾ ਬਣਾ ਰਹੀ ਸੀ ਮਨ ਲਓ ਉੱਥੇ ਲੜਾਈ ਹੋ ਜੇ ਬਾਅਦ ਪਤਾ ਲੱਗੇ ਮਨ ਲਓ ਜਿਹੜਾ ਮਿਸਤਰੀ ਉਹਦੇ ਸਿਰ 'ਚ ਗੋਲਾ ਬਣਾਇਆ ਹੋਵੇ ਤੇ ਘਰ ਆ ਕੇ ਦੱਸਣਾ ਹੁੰਦਾ ਬਾਅਦ ਮੈਂ ਨਾ ਲੱਟਿਆ ਮੈਂ ਵੀਰ ਮਾਰ ਦਿੱਤਾ ਉਹਦੀ ਕਰਕੇ ਮੱਥੇ 'ਚ ਗੋਲਾ ਬਣ ਕੇ ਅੱਛਾ ਇਹਦੇ ਵਿੱਚ ਇਹ ਇਸ ਪ੍ਰੋਗਰਾਮ 'ਚ ਆਪ ਇਹ ਵੀ ਦੱਸਿਆ ਕਿ ਹੱਥ ਵਾਲਾ ਗੋਲਾ ਤੇ ਇਹ ਵਾਲਾ ਗੋਲਾ ਕਿਸ ਤਰ੍ਹਾਂ ਬਣਾਈਏ ਹਾਜ਼ਰ ਹੈ ਚੰਚੀ ਦਾ ਵਿਚਾਰ ਤੁਹਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਤੇ ਕੁਝ ਪਰਦੇਸ਼ ਤੇ ਕੁਝ ਵਿਦੇਸ਼ ਤੇ ਕੁਝ ਇਤਿਹਾਸ ਤੇ ਕੁਝ ਮਿਥਿਹਾਸ ਤੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ-ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਆ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਆਜ਼ਰਾ ਚੰਚ ਦਾ ਮੀਚਾ ਸੜਕਾਂ ਤੇ ਜਦੋਂ ਨਿਕਲਦਾ ਹੈ ਨਾ ਔਹ ਦੇਖੋ ਔਹ ਦੇਖੋ ਅੱਗੇ ਕੀ ਵੇਖੋ ਕੋਨਾ ਕੋ ਦੇਖੋ ਜੋ ਡੈਂਡਾ ਬਹੁਤ ਡੈਂਡਾ ਨਹੀਂ ਚੱਲਦਾ ਮੈਨੂੰ ਲੱਗਿਆ ਵੀ ਔਹ ਦੇਖੋ ਔਹ ਦੇਖੋ ਜਦੋਂ ਸੜਕਾਂ ਤੇ ਨਿਕਲਦਾ ਹੈ ਨਾ ਅੱਛਾ ਜੀ ਤੂੰ ਕਾਲਜੇ ਪਾਉਂਦਾ ਮਾੜੇ ਕਾਲਜੇ ਵਾਲੇ ਮਤਲਬ ਨਾ ਦੇਖਣ ਗਰਤੀ ਜੀ ਤੂੰ ਰਹੀ ਤੂੰ ਜ਼ਰੂਰ ਪਾਉਣੀ ਮੈਂ ਤਾਂ ਕਹਿੰਦੀ ਸਾਰੇ ਕਾਲਜਾਂ ਬਚਾ ਕੇ ਦੇਖਣ। ਉਹ ਅੱਛਾ ਜੀ। ਕੋਈ ਪਤਾ ਨਹੀਂ ਕਦੋਂ ਕਿਹੜੀ ਫੀਡਬੈਕ ਜਿਹੜੀ ਆ ਉਹ ਕੰਟਰੋਲ ਰੂਮ ਤੇ ਅਗਲਾ ਪਹੁੰਚਾ ਦੇਵੇ। ਇਦਾਂ ਵੱਤ ਲਓ। ਇਦਾਂ ਹੀ। ਅੱਛਾ ਜੀ। ਹਾਂ ਹੋਇਆ ਕੀ ਮਤਲਬ? ਪੁਲਿਸ ਆਫੀਸਰ ਵੇਖਣ। ਆਹੋ। ਯੂਏਈ ਦੇ ਵਿੱਚ। ਯੂਏਹ? ਯੂਏਈ ਦੇ ਵਿੱਚ ਇੱਕ ਨਵਾਂ ਪੁਲਿਸ ਆਫੀਸਰ ਆ। ਅੱਛਾ ਜੀ। ਮਤਲਬ ਮੈਂ ਕਿੰਨੀ ਆ ਉਹਨੇ ਕਹਿੰਦੇ ਵਟ ਕੱਢ ਦੇਣੇ ਵਟ। ਪ੍ਰੈਸ ਨਾ ਰੱਖਦਾ। ਯੋ ਤੇ ਮਰੀ ਇੱਕ ਮੁੰਪਾਈ ਜਰਾ ਆ ਤੁਹਾਡੇ ਕੁਰਤੇ ਤੇ ਕੀ ਹੈਗਾ ਪੁਲਿਸ ਆਫਿਸਰ ਉਹ ਤੇ ਤੂੰ ਆਪੇ ਗਿਆ ਵਟ ਕੱਢ ਦਿੰਦਾ ਉਹ ਪੁਲਿਸ ਪੁਲਿਸ ਡਰ ਨਹੀਂਦਾ ਤੁਹਾਨੂੰ ਪੁਲਿਸ ਦਾ ਨਾ ਸੁਣ ਗਏ ਬੋਲ ਸੁਣ ਪੰਜਾਬ ਪੁਲਿਸ ਤੂੰ ਥੋੜਾ ਗਿਆ ਤੂੰ ਦਾ ਯੂਏਈ ਦੀ ਪੁਲਿਸ ਕਿਹਾ ਉਹ ਨਹੀਂ ਪਰ ਇਹ ਯੂਏਈ ਦਾ ਪਹਿਲਾ ਰੋਬੋਟ ਪੁਲਿਸ ਆਫਿਸਰ ਉਹ ਸ਼ੋਰ 5 ਫੁੱਟ ਕੱਦ ਦਾ ਵੀਰ ਜੀ 100 ਕਿਲੋ ਦਾ ਭਾਰ ਹੈ ਉਹਦਾ ਓਏ ਹੋਏ ਹੋਏ ਹਾਂ ਇੱਥੇ ਹੀ ਤੁਸੀਂ ਹਿਸਾਬ ਲਾਓ ਵੀ ਕੁਝ ਕਰੇਗਾ ਜ਼ਿੰਦਗੀ ਦੇ ਵਿੱਚ ਇਹ ਹਾਸਾ ਰੋਬੋਟ ਬਣਾ ਲਿਆ ਉਹਨਾਂ ਨੇ ਹਾਂ ਪੁਲਿਸ ਆਫੀਸਰ ਪਹਿਲਾ ਰੋਬੋਟ ਪੁਲਿਸ ਆਫੀਸਰ ਹੈ ਐਂਡ ਇਹ ਜਿਹੜਾ ਪੁਲਿਸ ਆਫੀਸਰ ਹੈ ਨਾ ਇਹ ਬੜਾ ਮਤਲਬ ਅਜੀਬ ਜਿਹਾ ਹੈ ਵੀ 6 ਭਾਸ਼ਾਵਾਂ ਇਹਨੂੰ ਆਉਂਦੀਆਂ ਇੱਕਦਮ ਹਾਂ ਹੈਨਾ ਦੂਜਾ ਪਤਾ ਨਹੀਂ ਕਿੰਨੀ ਕੁ ਦੂਰੀ ਤੋਂ ਨਾ ਇਹ ਸ਼ਕਲ ਵੇਖ ਕੇ ਪਛਾਣ ਲੈਂਦਾ ਵੀ ਇਹ ਬੰਦਾ ਕੁਝ ਗੜਬੜ ਲੱਗਦੀ ਨੁਕਸਰ ਹੈਨਾ ਐਂਡ ਕਹਿੰਦੇ ਕਿ ਜਿਹੜਾ ਦੇਖਣ ਨੂੰ ਕੋਈ ਗੁੱਸੇ ਦੇ ਵਿੱਚ ਲੱਗਿਆ ਜਾਂ ਇਹਨੂੰ ਲੱਗੇ ਵੀ ਉਹ ਹਿੰਸਕ ਹੋ ਸਕਦਾ ਹੈ ਨਾ ਫੇਸ ਐਕਸਪ੍ਰੈਸ਼ਨਸ ਤੋਂ ਐਕਸਪ੍ਰੈਸ਼ਨਸ ਪੜਦਾ ਉਹਦੀ ਫੀ ਓਏ ਹੋਏ ਇਹ ਆ ਬੰਦਾ ਵੇਖ ਲੋ ਇੱਕ ਗੜਬੜ ਹਲੋ ਹਲੋ ਵਾਂਟ ਟੂ 3 ਵਾਂਟ ਟੂ 3 ਬੇਰੇ ਸਾਹਮਣੇ ਐਸਾ ਇੱਕ ਪਈਸਾ ਥੋੜੇ ਲਾਲ ਨੇ ਟਾਲੇ ਚੌਕ ਨੰਬਰ 17 ਚੌਕ ਨੰਬਰ 17 ਹਾਂ ਹਾਂ ਇਦਾਂ ਹੀ ਇਦਾਂ ਐਂਡ ਕਹਿੰਦੇ ਜਿਹੜਾ ਕੋਈ ਹੱਸ ਕੇ ਹੱਥ ਮਿਲਾਵੇ ਉਹਦਾਂ ਹੱਥ ਮਿਲਾਉਂਦਾ ਸਲੂਟ ਕਰਦਾ ਪੂਰਾ ਡਿਊਟੀ ਤੇ ਸਖਤ ਮਤਲਬ ਇਹ ਯੂਏਈ ਦੇ ਵਿੱਚ ਹੀ ਕਾਮਯਾਬ ਆ ਮਤਲਬ ਆਪਣੀ ਜਿਹਦਾ ਹੁਣ ਮਤਲਬ ਮੈਂ ਹੀ ਬੇਨਤੀ ਕਰਾਂ ਵੀ ਸਾਡਾ ਪ੍ਰੋਗਰਾਮ ਜਿਹਦਾ ਸਾਰੇ ਦੇਖਦੇ ਆ ਵੀ ਇਹਨਾਂ ਕੋ ਪੰਜਾਬ ਸਰਕਾਰ ਨੂੰ ਸਲਾਹ ਦੇ ਦੇਈ ਇਦਾਂ ਦਾ ਅਫਸਰ ਇਹ ਤੁਸੀਂ ਮਾਰੇ ਪੰਜਾਬ ਪੁਲਿਸ ਵੀ ਇਦਾਂ ਦਾ ਬੰਦਾ ਲੈ ਆਓ ਕਿਉਂ ਨਹੀਂ ਲੈ ਆਓ ਤੇਰਾ ਦਿਮਾਗ ਖਰਾਬ ਪੰਜਾਬ ਚੋਂ ਕਿੱਥੇ ਚੱਲਣਾ ਪਹਿਲੀ ਗੱਲ ਤੇ ਇਹ ਦੇਖੋ ਮਤਲਬ ਜਨਾਬ ਖਲੋਤੇ ਹੋਣਾ ਨਾ ਮਤਲਬ ਕਿਤੇ ਚਾਹ ਦੀ ਰੇੜੀ ਵਾਲਾ ਕੋ ਠੰਡੇ ਵਾਲੇ ਦੇ ਗਰਮੀਆਂ ਦੇ ਨਾਲ ਜਨਾਬ ਤੁਸੀਂ ਕੁਝ ਕੰਜਵੀ ਪੀਓ ਹਾਂ ਇਹ ਮਤਲਬ ਪ੍ਰਸਾਦ ਦਾ ਮੌਸਮ ਹੈ ਨਾਲ ਮਾਰੇ ਸਮੋਸਾ ਖਾਓ ਨਾਲ ਤੁਸੀਂ ਹੈ ਨਾ ਤੇ ਉੱਥੇ ਕੀ ਹੋਣਾ ਜੇ ਮਤਲਬ ਰਬੋਟ ਹੈ ਤੇ ਉੱਥੇ ਲੱਗਾ ਰਹਿਣਾ ਪਹਿਲੀ ਗੱਲ ਤੇ ਭੀੜ ਦੇ ਨੇ ਕੇ ਪਾਸੇ ਉਹ ਟਿਕਣ ਦੇਣਾ ਤਮਾਸ਼ੀ ਬਿਨਣੇ ਆਖ ਲੋਤ ਰਹਿਣਾ ਉਧਰੋਂ ਫੋਨ ਆ ਜਾਣਾ ਕਿੱਥੇ ਪਸ ਆ ਗਏ ਮੰਮੀ ਰਬੋਟ ਵੇਦਾ ਹੀ ਹਾਂ ਪਤਾ ਨਹੀਂ 15 ਮਿੰਟ ਹੋਏ ਹੁਣ ਤੇ ਚੱਲਦਾ ਹੀ ਨਹੀਂ ਗਾਵੇ ਹੈ ਹੈ ਮੀ ਪਿਆ ਹੀ ਮਕਰੋ ਓਹੋ ਓਏ ਸਾਲਿਓ ਮੀ ਪਿਆ ਏ ਇਹਦਾ ਢਾਕਾ ਪੈ ਗਿਆ ਇਹਦਾ ਲੱਗੇ ਨਾ ਤਪੜੀ ਤੁਪੜੀ ਨਹੀਂ ਪਾਈ ਗੱਲ ਸਹੀ ਅੱਛਾ ਉਦੋਂ ਬਾਅਦ ਜਿਹੜਾ ਮਲ ਰੇੜੀ ਵਾਲਾ ਉਹਨੇ ਥੋੜਾ ਪੁੱਛਣਾ ਉਹਨੇ ਕਹਣਾ ਦਫਾ ਕਰ ਯਾਰੀ ਰੋਜ਼ ਇੱਥੇ ਖਲੋਤਾ ਰਹਿੰਦਾ ਉਹਦਾ ਕਰਕੇ ਦਿਗਾਹ ਕੌਣ ਵੜ ਗਏ ਨੇ ਹਾਂ ਉਹਨੇ ਹੋਰ ਕੁਝ ਨਹੀਂ ਗਾ ਵੇਲਾ ਜਾ ਬਚਾ ਕੇ ਉਹਨੇ ਆਪ ਪਾ ਦੇਣਾ ਪਾਣੀ ਕਿਤੇ ਨਾ ਕਿਤੇ ਨਾਲੇ ਉਹਨੇ ਆਹ ਕੰਟਰੋਲ ਰੂਮ ਤੇ ਫੋਨ ਕਰਨਾ ਸਾਰਾ ਸਾਡੇ ਲਾ ਕੇ ਖਲੋਤਾ ਤਾਂ ਡਰ ਬੋਟ ਕੀ ਚੂੰਗੀ ਤੂੰ ਕਰੀਏ ਨਾ ਜਾਂਦਾ ਲੈ ਜਾਓਗੇ ਚੱਕ ਕੇ ਅੰਦਰ ਅਖ ਲਈਏ ਨਹੀਂ ਪਰ ਗੱਲੇ ਵੀ ਹੈ ਨਾ ਵੀ ਆ ਮੈਨੂੰ ਸਕੀਮ ਨਹੀਂ ਉਹਦੀ ਸਮਝ ਆਈ ਵੀ ਫੇਸ ਐਕਸਪ੍ਰੈਸ਼ਨਸ ਪੜਦਾ ਹੈ ਨਾ ਜੇ ਉਹਨੂੰ ਲੱਗੇ ਕਿ ਬੰਦਾ ਹਿੰਸਕ ਹੈ ਗੁੱਸੇ ਵਾਲਾ ਫੇਰ ਹੀ ਫੀਡਬੈਕ ਭੇਜੂਗਾ ਜੇ ਹੁਣ ਹੱਸ ਕੇ ਅਗਲਾ ਵੀ ਹੱਥ ਮਲਾਇਆ ਤਾਂ ਉਹਨਾਂ ਦਾ ਹੱਥ ਹੀ ਮਲਾਉ ਨਹੀਂ ਨਿਊ ਗੱਲ ਠੀਕ ਹੈ ਪਰ ਇੱਕ ਚੀਜ਼ ਹੋਰ ਵੀ ਹੋ ਸਕਦੀ ਜਿੱਦਾਂ ਮੰਨ ਲਓ ਇਹਨੇ ਇੰਡੀਆ ਦੇ ਵਿੱਚ ਮੋਸਟਲੀ ਤੁਹਾਨੂੰ ਪਤਾ ਵੀ ਬੰਦਾ ਕਿਸੇ ਨਾ ਤੁਸੀਂ ਦੇਖ ਲਓ ਬੰਦਾ ਗਰਮ ਚ ਹੀ ਰਹਿੰਦਾ ਗੁੱਸੇ ਹੁਣ ਇਹਨੇ ਜੇ ਹਿਸਾਬ ਨਾਲ ਰਿਪੋਰਟ ਨੇ ਪਿੱਛੋਂ ਤਾਰਾਂ ਖੜਕਾਉਣੀਆਂ ਨੇ ਤੇ ਮਤਲਬ ਆ ਦੇਖੋ ਜੀ ਫਲਾਨੀ ਚੌਕ ਤੇ ਇਦਾਂ ਹੋ ਗਿਆ ਜੀ ਹੁਣ ਐਸ ਚੌਕ ਤੇ ਇਦਾਂ ਹੋ ਗਿਆ ਜੀ ਹੋਰ ਕਿਹਨੂੰ ਗੁੱਸਾ ਆਵੇ ਨਾ ਓਏ ਕੰਟਰੋਲ ਰੂਮ ਵਾਲੇ ਭਾਈ ਸਾਹਿਬ ਨੂੰ ਇੱਥੇ ਗੁੱਸਾ ਆਏ ਨਾ ਤੂੰ ਮੇਰੀ ਜਾਨ ਨਾ ਖਾ ਓਏ ਜਿਹਨੂੰ ਕਿਨੂੰ ਚਾਕੇ ਮਰਜੀ ਫੋਨ ਕਰਦਾ ਨਾ ਤੂੰ ਫਲਾਨਾ ਗੁੱਸੇ ਫਲਾਨਾ ਗੁੱਸੇ ਮੈਂ ਇੱਥੇ ਆ ਕੇ ਨਾ ਤੇਰਾ ਦਾੜਾ ਮੈਂ ਕਿਦਾਂ ਕੱਟਦਾ ਨਹੀਂ ਆਦੀ ਹਜ਼ਰੇ ਚੰਚੀ ਦਾ ਮੀਚਾ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਸ਼ਾਮੀ ਤੇ ਇਸੇ ਟਾਈਮ ਵੈਨ ਹੋਗਾ ਆਦੀ ਹਾਜ਼ਰੇ ਜੱਜ ਦਾ ਵਿਚਾਰ ਭਾਈ ਮੇਸ਼ਾ ਟੀਵੀ ਤੇ ਤੁਸੀਂ ਦੇਖ ਰਹੇ ਹੋ ਜੀ ਪ੍ਰੋਗਰਾਮ ਚਾਹੀਦਾ ਵਿਚਾਰ ਤੇ ਵੈਸੇ ਸਾਡਾ ਪ੍ਰੋਗਰਾਮ ਦਾ ਥੋੜਾ ਲਾਈਟ ਮੂਡ ਦੇ ਹੁੰਦਾ ਹਸਨ ਖੇਡਣ ਅਸੀਂ ਉਹਦੇ ਚ ਕੋਸ਼ਿਸ਼ ਕਰਦੇ ਰਹਨੇ ਆ ਪਰ ਇੱਕ ਖਬਰ ਜ਼ਰੂਰ ਸਾਡੇ ਮਨ ਦੇ ਵਿੱਚ ਵਾਰ-ਵਾਰ ਵਾਰ-ਵਾਰ ਘੁੰਮਦੀ ਜਾਂਦੀ ਸੀ ਉਹ ਅੱਗੇ ਜਾਂਦਾ 10ਵੀਂ ਦਾ ਨਤੀਜਾ ਆਇਆ ਤੁਸੀਂ ਨੋਟ ਕੀਤਾ ਹਰਮਨ ਜੀ ਆ ਥੋੜੇ ਕੁ ਦਿਨਾਂ ਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨੇ ਸੁਸਾਈਡ ਕਰ ਲਈ ਸਿਰਫ ਇਸ ਕਰਕੇ ਕਿ ਉਹ ਫੇਲ ਹੋ ਗਏ ਇੱਕ ਏਰੀਆ ਦਾ ਮੈਂ ਪੜ੍ਹ ਰਹੀ ਸੀ ਉੱਥੋਂ ਮਤਲਬ ਪਤਾ ਨਹੀਂ ਇੱਕੋ ਹੀ ਸਕੂਲ ਦੇ ਸ਼ਾਇਦ ਪੰਜ ਬੱਚੇ ਉਹਨਾਂ ਨੇ ਸੁਸਾਈਡ ਕਮਿਟ ਕਰ ਲਈ ਮਤਲਬ ਇਹ ਸਮੇਤ ਬਾਹਰ ਹੈ ਕਿ ਕੀ ਐਜੂਕੇਸ਼ਨ ਦਾ ਲੈਵਲ ਜਿਹੜਾ ਜਾਂ ਐਜੂਕੇਸ਼ਨ ਦੇਣ ਦਾ ਤੌਰ ਤਰੀਕਾ ਜਾਂ ਕੀ ਐਜੂਕੇਸ਼ਨ ਮਤਲਬ ਉਹ ਉਹਨਾਂ ਜਵਾਕਾਂ ਦੇ ਮਨਾਂ ਦੇ ਵਿੱਚ ਏਡਾ ਵੱਡਾ ਹੋਇਆ ਪੇਰੈਂਟਸ ਨੇ ਬਣਾਇਆ ਟੀਚਰਸ ਨੇ ਬਣਾਇਆ ਸਮਾਜ ਨੇ ਬਣਾਇਆ ਕਿਨੇ ਬਣਾਇਆ ਕਿ ਵੀ ਜੇ ਇੱਕ ਕੋਈ ਚਾਰ ਸਵਾਲ ਉੱਥੇ ਆਏ ਨੇ ਉਹਨਾਂ ਚਾਰ ਸਵਾਲਾਂ ਦੇ ਜਵਾਬ ਤੁਸੀਂ ਸਹੀ ਨਹੀਂ ਦੇ ਸਕੇ ਤੁਹਾਡੇ ਉਹਨਾਂ ਨੰਬਰਾਂ 'ਚੋਂ ਨੰਬਰ ਕੱਟ ਨੇ ਤਾਂ ਤੁਸੀਂ ਜ਼ਿੰਦਗੀ 'ਚ ਫੇਰੇ ਦਾ ਮਤਲਬ ਪਤਾ ਨਹੀਂ ਆਈ ਡੋਨੋ ਇਹ ਬੱਚਿਆਂ ਦੀ ਸਾਈਕੀ ਦੇ ਵਿੱਚ ਕੋਈ ਫਰਕ ਪੈ ਗਿਆ ਜਾਂ ਪਤਾ ਨਹੀਂ ਮਾਪੇ ਇੰਨੇ ਜ਼ਿਆਦਾ ਕਰਖਤ ਹੋ ਗਏ ਨੇ ਮੈਨੂੰ ਨਹੀਂ ਪਤਾ ਪਰ ਹਾਂ ਇੱਕ ਰਿਐਲਿਟੀ ਜ਼ਰੂਰ ਹੈ ਕਿ ਠੀਕ ਹੈ ਮਤਲਬ ਐਡੀ ਵੱਡੀ ਜੇ ਆਪਾਂ ਲੌਜੀਕਲੀ ਸੋਚੀਏ ਲਾਈਟ ਮੂਡ ਤੇ ਵਿੱਚ ਸੋਚੀਏ ਤਾਂ ਕਿਸੇ ਸਬਜੈਕਟ ਚ ਪੜ ਕੇ ਨੰਬਰ ਲੈ ਲੈਣਾ ਕੋਈ ਬਹੁਤ ਵੱਡੀ ਗੱਲ ਨਹੀਂ ਛੋਟੀ ਗੱਲ ਨਹੀਂ ਹੈਗੀ ਠੀਕ ਇਹ ਇਹ ਸਿਰਫ ਦੇਖਿਆ ਜਾਂਦਾ ਕਿ ਤੁਹਾਡਾ ਬ੍ਰੇਨ ਜਿਹੜਾ ਹੈ ਉਹ ਕਿੰਨਾ ਕੁ ਗ੍ਰਾਸਪਿੰਗ ਪਾਵਰ ਉਹਦੀ ਹੈਗੀ ਹੈ ਰੱਟਾ ਕਿੰਨਾ ਕੁ ਲਾ ਸਕਦਾ ਉਹ ਹਾਂ ਇੰਡੀਆ 'ਚ ਤਾਂ ਸਪੈਸ਼ਲੀ ਰੱਟਾ ਜਿਹੜਾ ਹੈ ਉਹ ਟੈਸਟ ਕੀਤਾ ਜਾਂਦਾ ਵੀ ਕਿੰਨਾ ਕੁ ਰੱਟਾ ਲਾ ਲੈਂਦਾ ਜਿਹਦਾ ਦਿਮਾਗ ਰੱਟਾ ਲਾਉਣ ਦੇ ਵਿੱਚ ਸਫਲ ਹੈ ਉਹਨੂੰ ਆਪਾਂ ਕਹਿਣ ਲੈਂਦੇ ਆ ਕਿ ਭਾਈ ਸਾਹਿਬ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਗਿਆ ਤੇ ਜਿਹੜਾ ਵਿਚਾਰਾ ਨਹੀਂ ਰੱਟਾ ਲਾ ਸਕਿਆ ਉਹਨੂੰ ਆਪਾਂ ਕਹਿੰਦੇ ਵੀ ਇਹ ਤਾਂ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦਾ ਪਰ ਨਹੀਂ ਹਰੇਕ ਬੰਦੇ ਦੀਆਂ ਆਪਣੀਆਂ ਕੁਆਲਿਟੀਆਂ ਹੁੰਦੀਆਂ ਨੇ ਹਰੇਕ ਬੰਦੇ ਦਾ ਇੱਕ ਆਪਣਾ ਹੁਨਰ ਹੁੰਦਾ ਹੈ ਹਰੇਕ ਬੰਦੇ ਦੇ ਆਪਣੇ ਸ਼ੌਂਕ ਹੁੰਦੇ ਨੇ ਸੋ ਐਂਡ ਉਹ ਵੀ ਪਰਮਾਤਮਾ ਵੱਲੋਂ ਦਿੱਤੇ ਗਏ ਹੁੰਦੇ ਨੇ ਕਿ ਹੁਣ ਜਿਹੜੇ ਬੰਦੇ ਦੇ ਵਿੱਚ ਕਹਿੰਦੇ ਨਾ ਵੀ ਪਰਮਾਤਮਾ ਸ਼ੁਰੂ ਤੋਂ ਇੱਕ ਟਰੈਕ ਡਿਸਾਈਡ ਕਰ ਦਿੰਦਾ ਹੁਣ ਅਸੀਂ ਸ਼ੁਰੂ ਤੋਂ ਗਲਾਦੜ ਸੀ ਤਾਂ ਇੱਥੇ ਬੈਠ ਕੇ ਗੱਲਾਂ ਮਾਰ ਰਹੇ ਆ ਇਹ ਟਰੈਕ ਚਾਹੇ ਸਾਡੀ ਕੁਆਲੀਫਿਕੇਸ਼ਨ ਕੁਝ ਹੋਰ ਹੀ ਸੀ ਪਰ ਤਾਂ ਵੀ ਅਸੀਂ ਇਸ ਲਾਈਨ ਦੇ ਵਿੱਚ ਆ ਕੇ ਬੈਠ ਕੇ ਤੁਹਾਡੇ ਨਾਲ ਗੱਲਾਂ ਕਰ ਰਹੇ ਆ दैट मींस ਉਹ ਸਾਡਾ ਹੁਨਰ ਸੀ ਸਾਡਾ ਅੰਦਰਲਾ ਟੈਲੈਂਟ ਪਰਮਾਤਮਾ ਵੱਲੋਂ ਜੋ ਸਾਨੂੰ ਇੱਕ ਟਰੈਕ ਦਿਖਾਇਆ ਗਿਆ ਸੀ ਅਸੀਂ ਉਹਦੇ ਤੇ ਚੱਲੇ ਆ ਇਹ ਹਰੇਕ ਦੇ ਅੰਦਰ ਹੁੰਦਾ ਨਾਲੇ ਵੱਡੀ ਗੱਲ ਇਹ ਆ ਕਿ ਮਤਲਬ ਮੈਨੂੰ ਨਹੀਂ ਲੱਗਦਾ ਵੀ 9ਵੀਂ 10ਵੀਂ ਕਲਾਸ ਇੰਡੀਆ ਦੇ ਵਿੱਚ ਕੋ ਬਹੁਤ ਵੱਡੀ ਕਲਾਸ ਹੋ ਗਈ ਕਿਉਂਕਿ ਜਿਸ ਹਿਸਾਬ ਨਾਲ ਨਿੱਕੇ ਨਿੱਕੇ ਜਵਾਕ ਹੁਣ ਸਕੂਲਾਂ 'ਚ ਫਿੱਟ ਹੋਣ ਲੱਗੇ ਤੇ ਜਿੰਨੀਂਕ ਦੀਰ ਨੂੰ ਅਜੇ ਵਿਚਾਰਾ ਲੜਕਪਨ ਦੀ ਉਮਰ ਦੇ ਵਿੱਚ ਹੁੰਦੇ ਨੇ ਨਿਆਣੇ ਉਦੋਂ ਤੱਕ ਤੁਸੀਂ ਉਹਨੂੰ 10ਵੀਂ ਦੇ ਵਿੱਚ ਹਾਂ ਵੀ ਤੂੰ ਇਹਦੇ 'ਚ ਫੇਲ ਹੋ ਗਿਆ ਇਹ 'ਚ ਨੰਬਰ ਘਟ ਆ ਗਿਆ ਇਹ 'ਚ ਕੰਪਾਰਟਮੈਂਟ ਆ ਗਈ ਤੇ ਇਹਦਾ ਕਰਕੇ ਉਹ ਇੰਨਾ ਕ ਆਪਣੇ ਆਪ ਦੇ ਵਿੱਚ ਹੀਣ ਭਾਵਨਾ 'ਚ ਆ ਜਾਵੇ ਕਿ ਉਹਨੂੰ ਲੱਗੇ ਕਿ ਮੇਰਾ ਜੀਣਾ ਹੀ ਜਿਹੜਾ ਉਹ ਹੈ ਨਹੀਂ ਗੈਸ ਔਨ ਦਾ ਅਦਰ ਹੈਂਡ ਆਪਾਂ ਕਲਾ ਮਾਪਿਆਂ ਦਾ ਨੁਕਸ ਨਹੀਂ ਕੱਢਦੇ ਇਹ ਜਵਾਕਾਂ ਨੂੰ ਵੀ ਸਮਝਣਾ ਪਊਗਾ ਮਤਲਬ ਇਹ ਨਹੀਂ ਆ ਕਿ ਜੇ ਉਹ ਸਾਡੇ ਘਰ ਦੇ ਨੇ ਸਾਡੇ ਮਾਪੇ ਨੇ ਤਾਂ ਸਾਡੇ ਭਲੇ ਲਈ ਕਹਿੰਦੇ ਨੇ ਜੇ ਕਿਤੇ ਗੁੱਸੇ ਦੇ ਵਿੱਚ ਆ ਕੇ ਬਾਪੂ ਬੇਬੇ ਨੇ ਕੋਈ ਦੋ ਸ਼ਬਦ ਕਹਿ ਦਿੱਤੇ ਜਾਂ ਪੁੱਛ ਲਿਆ ਵੀ ਕੀ ਕਾਰਨ ਹੈ ਹਣਾ ਹੁਣ ਉਹ ਤਾਂ ਵਿਚਾਰੇ ਆਪਣਾ ਦਿਨ ਦੁਗਣੀ ਲਾ ਲਾ ਕੇ ਹਣਾ ਮਿਹਨਤ ਕਰ ਕਰਕੇ ਤਾਂ ਪੈਸਾ ਲਾ ਲਾ ਕੇ ਜਵਾਕ ਨੂੰ ਚਾਹੁੰਦੇ ਨੇ ਵੀ ਉਹ ਲਾਈਫ ਦੇ ਵਿੱਚ ਸਫਲ ਹੋ ਜਵੇ ਕੁਝ ਕਰ ਲਵੇ ਤੇ ਜੇ ਜਵਾਕ ਹੀ ਫੋਨ ਦਾ ਖਹਿੜਾ ਨਾ ਛੱਡੇ ਵੱਡੀਆਂ ਵੱਡੀਆਂ ਮੋਟਰਸਾਈਕਲ ਵੀ ਚਾਹੀਦੇ ਗੱਡੀਆਂ ਵੀ ਚਾਹੀਦੀਆਂ ਮਤਲਬ ਉਹ ਆਪਣੀ ਮਰਜ਼ੀ ਹਰੇਕ ਪੁਗਾਵੇ ਮੈਨੂੰ ਆਹਾਹਾ ਚਾਹੀਦਾ ਤੇ ਮਾਪੇ ਜੋ ਉਹਨੇ ਨਿਓ ਬਿਲਕੁਲ ਨਾ ਕਰੇ ਤੇ ਜਵਾਕ ਦੀ ਵੀ ਗਲਤੀ ਹੈ ਬਿਲਕੁਲ ਸਹੀ ਗੱਲ ਹੈ ਮੇਰੇ ਖਿਆਲ ਨਾਲ ਪੇਸ਼ੈਂਸ ਇੱਕ ਸਾਨ ਸ਼ਕਤੀ ਹੋਣੀ ਬਹੁਤ ਜ਼ਰੂਰੀ ਹੈ ਇਹ ਨਾ ਕਿਤੇ ਨਾ ਕਿਤੇ ਤਾਣਾ ਬਾਣਾ ਖਾਸ ਕਰਕੇ ਇੰਡੀਆ ਦਾ ਜਿਹਨੂੰ ਆਪਾਂ ਸਮਾਜਿਕ ਤਾਣਾ ਬਾਣਾ ਕਹਿ ਦਿੰਨੇ ਆ ਉਹ ਬਹੁਤ ਜ਼ਿਆਦਾ ਉਲਝਿਆ ਹੋਇਆ ਹੈ ਇਹਦੇ ਤੇ ਮੇਰਾ ਮੈਂ ਕਿਸੇ ਨਾ ਆਪਾਂ ਮੈਨਾਂ ਕਿ ਪ੍ਰੋਗਰਾਮ ਥਰੂਆਊਟ ਹੈਪਾਈ ਦੇ ਉੱਪਰ ਹੀ ਵਿਚਾਰ ਚਰਚਾ ਕਰਾਂਗੇ ਜੇ ਹੋ ਸਾਇ ਕਿਤੇ ਲਾਈਵ ਵੀ ਤੁਹਾਡੇ ਨਾਲ ਇਸ ਪਰ ਆਪਾਂ ਵਿਚਾਰ ਚਰਚਾ ਕਰਾਂਗੇ ਕਿਉਂਕਿ ਇਹ ਇਹ ਆਪਸ ਦੇ ਵਿੱਚ ਇੰਨਾ ਜ਼ਿਆਦਾ ਉਲਝਿਆ ਜਿਹੜਾ ਅੱਗੇ ਤੋਂ ਅੱਗੇ ਬਿਮਾਰੀਆਂ ਦਾ ਕਾਰਨ ਹੈ ਲੜਾਈਆਂ ਝਗੜੀਆਂ ਦਾ ਕ ਬਿਲਕੁਲ ਤੇ ਜੇ ਆਪਾਂ ਉਹਨੂੰ ਸਾਰੇ ਕੁਝ ਨੂੰ ਥੋੜਾ ਜਿਹਾ ਦੂਰੋਂ ਹਟਕੇ ਦੇਖੀਏ ਵੀ ਅੱਛਾ ਆ ਚੱਕਰ ਹੈ ਤੇ ਇਹ ਮਸਲਾ ਕੀ ਹੈ ਤਾਂ ਉਹ ਕੁਝ ਵੀ ਨਹੀਂ ਨਿਕਲਦਾ ਹੁੰਦਾ ਗੱਲ ਉਹੀ ਹੈ ਨਾ ਕਿ ਹਰੇਕ ਬੰਦੇ ਨੂੰ ਆਪਣੀ ਰਿਸਪੌਂਸਿਬਿਲਟੀ ਸਮਝਣੀ ਪਊਗੀ ਚਾਹੇ ਉਹ ਜਵਾਬਕ ਨੇ ਚਾਹੇ ਉਹ ਮਾਪੇ ਨੇ ਤੇ ਚਾਹੇ ਉਹ ਟੀਚਰਸ ਨੇ ਜੇ ਨੂੰ ਜਿਹੜਾ ਕੰਮ ਦਿੱਤਾ ਗਿਆ ਹੈ ਉਹਨੂੰ ਆਪਣਾ ਕੰਮ ਜਿਹੜਾ ਉਹ ਤੁੰਦੇਹੀ ਨਾਲ ਨਿਭਾਉਣਾ ਪਏਗਾ ਤਾਂ ਹੀ ਕਿਸੇ ਸਹੀ ਰਾਹ ਦੇ ਉੱਪਰ ਆਪਾਂ ਤੁਰ ਸਕਾਂਗੇ ਨਹੀਂ ਤਾਂ ਰਿਜ਼ਲਟ ਸਾਡੇ ਸਾਹਮਣੇ ਆਉਂਦੇ ਹੀ ਪਿਆ। ਬਾਕੀ ਇਹ ਇੱਕ ਵਾਰ ਫਿਰ ਸਾਡੀ ਗੁਜ਼ਾਰਿਸ਼ ਇਹ ਹੀ ਹੈ ਕਿ ਜਿਹੜੇ ਸਟੂਡੈਂਟਸ ਨਹੀਂ ਕਾਮਯਾਬ ਹੋ ਪਾਏ ਕੋਈ ਚੱਕਰ ਨਹੀਂ ਯਾਰ ਈਡੀ ਕਿਹੜੀ ਗੱਲਾਂ ਜੋ ਜ਼ਿੰਦਗੀ ਦੇ ਵਿੱਚ ਜੇ 1 ਸਾਲ ਆਪਾਂ ਹੋਰ ਉਸ ਕੰਮ ਨੂੰ ਲਾ ਲਾਂਗੇ ਤਾਂ ਹੀ ਥਰਡਲੀ ਮੈਟਰਸ ਜ਼ਿੰਦਗੀ ਖਤਮ ਕਰਨ ਨਾ ਬਿਲਕੁਲ ਸਹੀ ਗੱਲ ਸੋ ਬਾਕੀ ਹੁਣ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਜੀ ਵੇਲਾ ਖਤਮ ਹੋ ਗਿਆ ਦੇਖਦੇ ਰਹਿਣਾ ਪ੍ਰਾਈਮੇਰੀ ਸ਼ਾ ਟੀਵੀ